ਮੈਨੂੰ ਕਹਿੰਦਾ ਖਜ਼ਾਨਾ ਕਿਹਦਾ ਫੋਨ ਆਜੇ ਜਿੱਦਾ ਮਰਜ਼ੀ ਆਜੇ ਉਸ ਵੇ ਮੇਰੀ ਪਤਨੀ ਕੀ ਕਹਿ ਰਹੀ ਹੈ ਉਹ ਬੁੱਗੇ ਨੇ ਤਾਂ ਉਹਦੀ ਸਟੋਰੀ ਚ ਲਾਤੀ ਵੀ ਉਹਨੂੰ ਦੰਦੜਾ ਪੈਨੀਆਂ ਮੇਰੀ ਪਤਨੀ ਕੀ ਕਹਿ ਰਹੀ ਹੈ ਮੇਰੀ ਪਤਨੀ ਕਹਿ ਰਹੀ ਆ ਮੇਰਾ ਸਿਰ ਪਾਟ ਰਿਆ ਮੈਨੂੰ ਡਿਸਪਲਿਨ ਦੇ ਦੋ ਹਾਈ ਹਾਈ ਕਰਦੀ ਆ 2 ਵਜੇ ਇੱਕ ਐਸੇ ਹੀ ਹਰਪਿੰਦਰ ਸਿੰਘ ਜੋ ਮੈਨੂੰ ਸ਼ੁਰੂ ਤੋਂ ਤੰਗ ਕਰਦਾ ਆ ਰਿਹਾ ਬਡਾਲੀ ਆਹੋ ਐਸੇ ਹਰਪਿੰਦਰ ਸਿੰਘ ਜਦੋਂ ਬੁੱਗਾ ਮੇਰਾ ਗਲ ਘੁੱਟਦਾ ਉਸ ਤੋਂ ਬਾਅਦ ਮੈਂ ਨਾ ਖੜਾ ਹੁੰਨਾ ਤਾਂ ਸੜਕ ਤੇ ਪੁਲਿਸ ਖੜੀ ਹੁੰਦੀ ਆ ਉਹ ਕਹਿੰਦਾ ਦੇਖਦਾ ਕੀ ਆ ਹੁਣ ਕੁਛ ਕਰ ਤਾਂ ਸਹੀ ਇਹਨੂੰ ਮੈਨੂੰ ਜੇ ਤੂੰ ਮਾਰੂਗਾ ਕੁੱਟੂਗਾ ਹੁਣ ਕੀ ਤੈਨੂੰ ਕਰ ਕੁਛ ਮੈਂ ਤਾਂ ਆਉਂਗਾ ਮੈਂ ਸੜਕ ਤੇ ਖੜਾ ਖੜਾ ਦੇਖ ਮੇਰੇ ਵੱਲੋਂ ਮੇਰਾ ਵੀ ਦਿਲ ਕਰਦਾ ਸੀਗਾ ਵੀ ਮੈਂ ਉੱਥੇ ਜਾਮ ਲਾਦਾ ਇਹ ਕਰਦਾ ਰਿਸ਼ਤੇਦਾਰ ਵੀ ਕਹਿੰਦੇ ਸੀ ਉਹ ਤਾਂ ਕਹਿ ਰਹੇ ਆ ਉਹਨਾਂ ਦਾ ਐਸਆਈ ਕਹਿ ਰਿਹਾ ਬਲਵਿੰਦਰ ਸਿੰਘ ਕੋਰਟ ਦੇ ਵਿੱਚ ਵੀ ਇਹਨੂੰ ਤਾਂ ਕੁਝ ਹੋਇਆ ਹੀ ਨਹੀਂ ਸਰ ਹੁਣ ਗੱਲ ਆ ਵੀ ਐਮਐਲਏ ਤੇ 101% ਹੈ ਜੀ ਜੋ ਕੁਝ ਕਰਾ ਰਿਹਾ ਐਮਐਲਏ ਨੰਬਰ 1 ਨੰਬਰ 2 ਤੇ ਬੁੱਗੇ ਦੀ ਆਪਣੀ ਉਹ ਬਹੁਤ ਜਿੱਦਾ ਹੁਣ ਜੇ ਅੱਜ ਤੇ 20 ਸਾਲ ਪਹਿਲਾਂ ਕਿਸੇ ਐਸਆਈ ਦੇ ਪ੍ਰੋਗਰਾਮ ਕਰਿਆ ਸੀ ਉਹ ਅੱਜ ਆਈਜੀ ਬਣਿਆ ਹੋਇਆ ਜੀ ਤੇ ਬੁੱਗੇ ਨੂੰ ਹੋ ਗਿਆ ਮੇਰੇ ਕੁੜਮ ਦੀ ਬੇਇੱਜ਼ਤੀ ਕਰਤੀ ਬੁੱਗਾ ਦੂਰੋਂ ਆਉਂਦਾ 10 ਫੁੱਟ ਤੋਂ ਸਿੱਧਾ ਇੱਥੇ ਤੱਕਾ ਮਾਰਦਾ ਪਿੱਛੇ ਗਰ ਜਾਂਦੀ ਹੈ ਗਾਇਕ ਸਤਵਿੰਦਰ ਬੁੱਗਾ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਆਰਡਰ ਨਸ਼ਰ ਕੀਤਾ ਗਿਆ ਹੁਕਮ ਦਿੱਤੇ ਗਏ ਨੇ ਕਿ ਪੋਸਟਮਾਰਟਮ ਕਰਵਾਇਆ ਜਾਏ ਕਿਉਂਕਿ 13 ਦਿਨਾਂ ਦੇ ਅੰਦਰ 23 ਤਰੀਕ ਤੋਂ ਲੈ ਕੇ ਪਿਛਲੇ 15 ਦਿਨ ਜਿੰਨੇ ਬੀਤੇ ਨੇ ਨਾ ਕੋਈ ਪੋਸਟਮਾਰਟਮ ਹੋਇਆ ਨਾ ਕੋਈ ਪਰਚਾ ਦਰਜ ਹੋਇਆ ਨਾ ਹੀ ਕੋਈ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਹੈ ਆ ਮਾਮਲੇ ਦੇ ਜਿਹੜੇ ਵਕੀਲ ਨੇ ਕੁਮਨ ਬ੍ਰਦਰਸ ਉਹ ਸਾਡੇ ਨਾਲ ਨੇ ਆ ਕੀ ਕੁਮਨ ਜੀ ਇਸ ਚ ਪੂਰਾ ਮਾਮਲਾ ਇੱਕ ਤਾਂ ਥੋੜਾ ਬਰੀਫ ਕਰ ਦਿਓ ਤੇ ਅੱਜ ਆਦੇਸ਼ ਕੀ ਹੋਏ ਨੇ ਕਿਉਂਕਿ ਕੋਰਟ ਦੇ ਤੁਸੀਂ ਕਹਿ ਰਹੇ ਹੋ ਵੱਡੇ ਆਰਡਰ ਨੇ ਕੀ ਆਦੇਸ਼ ਹੋਏ ਨੇ ਐਡਮਿਨਿਸਟ੍ਰੇਸ਼ਨ ਦੇ ਦੇਖੋ ਮੈਂ ਸਟਾਰਟਿੰਗ ਆ ਜੇਸਕਲ ਤੋਂ ਕਰੂੰਗਾ ਕੀ ਵੀ ਕੋਈ ਵੀ ਵਿਅਕਤੀ ਜਦੋਂ ਤੁਸੀਂ ਕਹੋ ਵੀ ਪਹਿਲਾਂ ਸੀ ਆਸ ਕਰਦੇ ਆ ਵੀ ਸਾਡਾ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਵੀ ਸਾਡਾ ਸਾਥ ਦੇਵੇ ਮਾਮਲਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਇਹਨਾਂ ਦੀ ਵਾਈਫ 23 ਤਰੀਕ ਨੂੰ ਤੁਸੀਂ ਕਹੋ ਜਦੋਂ ਅਲਟਰਕੇਸ਼ਨ ਹੁੰਦੀ ਆ ਆਪਸ ਲੜਾਈ ਝਗੜਾ ਸਤਵਿੰਦਰ ਬੁੱਕੇ ਦਾ ਤੇ ਉਸ ਲੜਾਈ ਝਗੜੇ ਦੇ ਵਿੱਚ ਤੁਸੀਂ ਕਹੋ ਵੀ ਉਹ ਫੋਰਸਫੁਲੀ ਪੁਸ਼ ਕਰਦੇ ਨੇ ਫਾਈਨਲੀ ਉਹ ਡਾਕਟਰ ਕੋਲ ਜਾਂਦੇ ਨੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਸਟਾਰਟਿੰਗ ਆ ਜਿਸ ਗੱਲ ਤੋਂ ਕਰਨੀ ਮੇਰੀ ਬਣਦੀ ਏ ਕਿ ਸਾਨੂੰ ਇਹ ਨਜ਼ਰ ਆਇਆ ਆਨਰੇਬਲ ਹਾਈ ਕੋਰਟ ਚ ਆਉਣ ਤੋਂ ਪਹਿਲਾਂ ਕਿ ਇਹ ਕਲੀਅਰ ਕੱਟ ਮੈਟਰ ਬਣਦਾ ਹੈ ਮੈਡੀਕਲ ਨੈਗਲੀਜੈਂਸ ਔਨ ਦੀ ਪਾਰਟ ਆਫ ਦੀ ਡਾਕਟਰਸ ਤੇ ਮੈਂ ਕਹਾਂਗਾ ਵੀ ਡਿਫੈਕਟਿਵ ਇਨਵੈਸਟੀਗੇਸ਼ਨ ਕੰਡਕਟਡ ਬਾਈ ਦੀ ਇਨਵੈਸਟੀਗੇਸ਼ਨ ਏਜੰਸੀ ਆਫ ਆਵਰ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਪੁਲਿਸ ਗੜੀ ਪੁਲਿਸ ਅਸੀਂ ਫਾਈਨਲੀ ਜਦੋਂ ਸਾਨੂੰ ਇਹਨਾਂ ਨੂੰ ਪੋਸਟਮਾਰਟਮ ਜਿਹੜਾ ਹੈ ਉਹ ਇੱਕ ਹਰ ਬੰਦੇ ਦਾ ਅਧਿਕਾਰ ਹੈ ਵੀ ਮੈਂ ਆਪਣੇ ਫੈਮਿਲੀ ਮੈਂਬਰ ਦਾ ਪੋਸਟਮਾਰਟਮ ਕਰਾਵਾਂ ਪੁਲਸ ਥੱਲੇ ਸਾਨੂੰ ਜੁਡੀਸ਼ੀਅਲ ਮੈਜਿਸਟਰੇਟਸ ਆਫ ਦੀ ਕੋਰਟ ਦੇ ਵਿੱਚ 155 ਦਿਨ ਦੇ ਵਿੱਚ ਡਿਕਲਾਈਨ ਹੀ ਕਰ ਦਿੰਦੀ ਉਹ ਕਹਿੰਦੇ ਕੋਈ ਸ਼ਹਿਜਾ ਹੋਇਆ ਹੀ ਨਹੀਂ ਕੋਈ ਸਾਨੂੰ ਲੱਗਿਆ ਹੀ ਨਹੀਂ ਵੀ ਇਹ ਸਸਪੀਸ਼ੀਅਸ ਸਰਕਮਸਟੈਂਸ ਏਟ ਜਿਹੜੀ ਡੈਥ ਹੈ ਉਹ ਅਨੈਚੁਰਲ ਹੈ ਉਹ ਕਹਿੰਦੇ ਨੈਚੁਰਲ ਡੈਥ ਹੈ ਸੋ ਫਾਈਨਲੀ ਅੱਜ ਅਸੀਂ ਡਿਕਲਾਈਨ ਹੋਣ ਤੋਂ ਬਾਅਦ ਕਿਉਂਕਿ ਅਸੀਂ ਇਹ ਚੀਜ਼ ਦੀ ਮੰਗ ਰੱਖਦੇ ਸੀ ਕਿ ਪੋਸਟਮਾਰਟਮ ਚੜਾ ਉਹ ਸਾਡਾ ਬੋਰਡ ਆਫ ਡਾਕਟਰਸ ਨੂੰ ਕੀਤਾ ਜਾਵੇ ਤੇ ਸੈਕੰਡ ਅਸੀਂ ਸਾਡੀ ਮੰਗ ਇਹ ਸੀ ਵੀ ਐਟਲੀਸਟ ਜਿਹੜੇ ਸੀਨੀਅਰ ਮੋਸਟ ਮੈਡੀਕਲ ਆਫੀਸਰ ਹੀ ਉਹਦੀ ਸੁਪਰਵਾਈਜ਼ਨ ਥਲੇ ਹੋਵੇ ਸੋ ਅੱਜ ਮਾਨਯੋਗ ਹਾਈ ਕੋਰਟ ਦੇ ਵਿੱਚ ਮੈਟਰ ਸਾਡਾ ਲਿਸਟ ਹੁੰਦਾ ਹੈ ਜਸਟਿਸ ਸੁਦੀਪ ਮੋਦਗਿਲ ਸਾਹਿਬ ਦੀ ਕੋਰਟ ਚ ਜਾਂਦਾ ਹੈ ਉੱਥੇ ਸਾਡਾ ਰਿਮਾਰਕੇਬਲ ਮੈਂ ਜਿੱਤ ਤੇ ਇਸ ਗੱਲ ਦੀ ਕਿਉਂ ਕਹਾਂਗਾ ਕਿਉਂਕਿ ਉਹਨਾਂ ਨੇ ਹਦਾਇਤ ਕੀਤੀ ਹੈ ਵੀ ਕੱਲ ਸਵੇਰ 10 ਵਜੇ 6 ਜਨਵਰੀ ਨੂੰ ਇਹਨਾਂ ਦੀ ਵਾਈਫ ਡਿਸੀਜ਼ਡ ਨਾਓ ਉਹਨਾਂ ਦਾ ਪੋਸਟਮਾਰਟਮ ਹੋਏਗਾ ਤੇ ਉਸ ਤੋਂ ਵੱਡੀ ਗੱਲ ਇਹ ਹੈ ਕਿ ਉਹਦੀ ਜਿਹੜੀ ਸੁਪਰਵਾਈਜ਼ਨ ਹੈ ਉਹ ਕਹਿੰਦੇ ਨੋਟ ਲੈਸ ਦਨ ਦੀ ਰੈਂਕ ਆਫ ਡਿਪਟੀ ਡਾਇਰੈਕਟਰ ਹੈਲਥ ਸਾਇੰਸ ਚੰਡੀਗੜ੍ਹ ਵੀ ਉਹਨਾਂ ਦੇ ਰੈਂਕ ਤੋਂ ਉੱਪਰਲੀ ਰੈਂਕ ਦਾ ਜਿਹੜਾ ਆਫੀਸਰ ਹੈ ਉਹ ਉੱਥੇ ਮੌਜੂਦ ਹੋਏਗਾ ਉਹਦੀ ਸੁਪਰਵਾਈਜ਼ਨ ਅਗਵਾਈ ਹਟ ਹੋਏਗਾ ਸਿਵਲ ਸਰਜਨ ਐਸ ਐਮਓ ਦਾ ਬੋਰਡ ਆਫ ਡਾਕਟਰਸ ਫਟੇਗੜ ਸਾਹਿਬ ਹਸਪੀਟਲ ਦੇ ਵਿੱਚ ਕਨਸਟੀਟਿਊਟ ਹੋਏਗਾ ਤੇ ਉਸ ਤੋਂ ਉੱਪਰਲੀ ਗੱਲ ਅਸੀਂ ਉਹਦੇ ਵਿੱਚ ਡੂਰ ਦੀ ਕੋਰਸ ਆਫ ਆਰਗੂਮੈਂਟ ਅਸੀਂ ਇੱਕ ਚੀਜ਼ ਅਸੀਂ ਐਡ-ਆਨ ਕਰਵਾਈਏ ਕੀ ਐਟ ਲੀਸਟ ਇਹਦੇ ਵਿੱਚ ਵੀਡੀਓਗ੍ਰਾਫੀ ਜਿਹੜੀ ਹੈ ਉਹ ਕੀਤੀ ਜਾਵੇ ਪੋਸਟਮਾਰਟਮ ਦੀ ਤੇ ਐਫਐਸਐਲ ਫਰੈਂਸਿਕ ਸਾਇੰਸ ਲੈਬੋਰੀ ਦਾ ਜਿਹੜਾ ਇੱਕ ਐਕਸਪਰਟ ਹੈ ਕਿ ਸਾਡੇ ਫਟੇ ਘਟ ਸਾਬ अवेलेबल ਹੈ ਨਹੀਂ ਉਹ ਵੀ ਉਥੇ ਮੌਕੇ ਦੇ ਉੱਪਰ ਉਹਨਾਂ ਨੇ ਆਰਡਰਸ ਕੀਤੇ ਨੇ ਵੀ ਉਹ ਉਥੇ अवेलेबल ਰਹਿਣਗੇ ਮੌਜੂਦ ਰਹਿਣਗੇ ਸੋ ਉਸ ਤੋਂ ਉੱਪਰ ਦੀ ਗੱਲ ਇਹ ਕੀਤੀ ਹੈ ਕਿ ਤੁਹਾਨੂੰ ਪਤਾ ਹੈ ਅਮਨ ਜੀ ਕਈ ਵਾਰੀ ਐਫਐਸਐਲ ਰਿਪੋਰਟਸ ਉਹਨੂੰ 2 ਮਹੀਨੇ 3 ਮਹੀਨੇ ਕੋਈ ਵਿਸਥਾਰ ਲੈਣਾ ਹੈ ਔਰ ਉਹਨਾਂ ਨੇ ਥਾਰੋ ਲਈ ਪੋਸਟਮਾਰਟਮ ਕਰਨਾ ਹੈ ਕਿ ਉਹਨਾਂ ਦੇ ਕਿੰਨੇ ਵੌਂਡਸ ਨੇ ਇੰਜਰੀਜ਼ ਕਿੰਨੇ ਨੇ ਬਰੂਸ਼ਸ ਕਿੰਨੇ ਨੇ ਸੋ ਉਹ ਕਹਿੰਦਾ ਕਿ ਉਹਦੀਆਂ ਰਿਪੋਰਟਸ ਜਿਹੜੀਆਂ ਨੇ ਉਹ ਵਿਦਨ 7 ਡੇਜ਼ 1 ਵੀਕ ਉਹ ਕਹਿੰਦੇ ਵੀ ਫਿਰ ਉਹ ਰਿਪੋਰਟਸ ਇਨਵੈਸਟੀਗੇਸ਼ਨ ਏਜੰਸੀ ਨੂੰ ਹੈਂਡਓਵਰ ਕਰ ਦਿੱਤੀਆਂ ਜਾਣਗੀਆਂ ਤੇ ਉਸ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਹੈ ਤਫਤੀਸ਼ ਏਜੰਸੀ ਹੈ ਉਹ ਫਿਰ ਇਨ ਵਿਦਨ ਦੀ ਫਰੇਮਵਰਕ ਆਫ ਲਾ ਜੋ ਕਾਰਵਾਈ ਬਣੇਗੀ ਮਤਲਬ ਉਧਰ ਚ ਜਿਹੜੀਆਂ ਵੀ ਧਰਾਵਾਂ ਥੱਲੇ ਰੈਲੇਵੈਂਟ ਸੈਕਸ਼ਨਸ ਆਫ ਆਈਪੀਸੀ ਉਹਦੇ ਮੁਤਾਬਕ ਇਨਵੈਸਟੀਗੇਸ਼ਨ ਏਜੰਸੀ ਪਰਚਾ ਦਰਜ ਕਰੇਗੀ ਹਾਲੇ ਤੱਕ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਵੱਲੋਂ ਕੋਈ ਸ਼ਿਕਾਇਤ ਹੈ ਪੁਲਿਸ ਨੂੰ ਜਾਂ ਪੁਲਿਸ ਨੇ ਇਹਨਾਂ ਦੀ ਸ਼ਿਕਾਇਤ ਤੇ ਬਾਵਜੂਦ ਵੀ ਕੋਈ ਪਰਚਾ ਦਰਜ ਜਾਂ ਸ਼ਿਕਾਇਤ ਨਹੀਂ ਕੀਤੀ ਜੇ ਕੋ ਮੈਂ ਇਹਦੇ ਚ ਤੁਹਾਨੂੰ ਇਹ ਦੱਸੂਗਾ ਕਿ ਸ਼ਿਕਾਇਤ ਤਾਂ ਜਿਸ ਦਿਨ ਪਹਿਲੇ ਦਿਨ ਆਪਾਂ ਹਸਪੀਟਲ ਚ ਗਏ ਆ ਮੌਕੇ ਤੇ ਲੈ ਕੇ ਗਏ ਆ ਜਦੋਂ ਇਹ ਲਾਈਵ ਹੋਏ ਨੇ ਉੱਥੇ ਸ਼ਿਕਾਇਤ ਤਾਂ ਉਸੇ ਦਿਨ ਦੀ ਸੀ ਹੁਣ ਇਹਦੇ ਵਿੱਚ 23 12 ਨੂੰ ਇਹ ਵਕਵਾ ਹੁੰਦਾ ਅੱਜ ਤੁਸੀਂ ਇਹ ਦੇਖ ਲਓ ਅੱਜ 13 ਦਿਨ ਹੋ ਗਏ 23 ਨੂੰ ਵਕਵਾ ਹੁੰਦਾ ਹਸਪੀਟਲ ਲੈ ਕੇ ਜਾਂਦਾ ਉੱਥੇ ਡਾਕਟਰਾਂ ਦੀਆਂ ਮਿੰਟਾਂ ਕੀਤੀਆਂ ਉੱਥੇ ਵੀਡੀਓ ਰਿਕਾਰਡਿੰਗ ਸਾਡੇ ਕੋਲ ਹੈ ਉਸ ਵੀਡੀਓ ਰਿਕਾਰਡਿੰਗ ਦੇ ਵਿੱਚ ਅਮਨ ਜੀ ਇਹਨਾਂ ਦੀ ਵਾਈਫ ਕਲਪ ਰਏ ਨੇ ਰੋ ਰਏ ਨੇ ਕਿ ਮੈਨੂੰ ਤੁਸੀਂ ਇੱਕ ਡਿਸਪਰਿੰਟ ਦੇ ਦਿਓ ਮੈਨੂੰ ਪਾਣੀ ਦੇ ਦਿਓ ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਨੋਬਾਡੀ ਬਾਰਡਰਡ ਕਿ ਹਾਂ ਸਾਡਾ ਜਿਹੜਾ ਪੇਸ਼ੈਂਟ ਆਇਆ ਹੈ ਇਹਦੇ ਅਸੀਂ ਕੇਅਰ ਕਰ ਲਈਏ ਨਾਥਿੰਗ ਐਟ 올 ਉਸ ਤੋਂ ਬਾਅਦ ਦਵਿੰਦਰ ਦਾ ਆ ਜਿਹੜਾ ਹਾਲ ਹੈ ਦੇਖੋ ਛਾਤੀ ਦਾ ਜੋ ਉਹਨੇ ਬਰੂਟਲੀ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮੌਕੇ ਤੇ ਜਾਨਵਰਾਂ ਵਾਂਗ ਮੈਂ ਇਹਨੂੰ ਜਾਨਵਰਾਂ ਕਹੂੰਗਾ ਬੁਗੇ ਨੇ ਜਾ ਦੇਖੋ ਤੁਸੀਂ ਜਿੱਦਾਂ ਕਿਸੇ ਜਾਨਵਰ ਨੇ ਵਾਰ ਕੀਤਾ ਹੈ ਇਹ ਬਰੂਟਲੀ ਇਹਦੇ ਤੇ ਅਟੈਕ ਕੀਤਾ ਉਸ ਤੋਂ ਬਾਅਦ ਸਟੇਟਮੈਂਟ ਜਿਹੜੀ ਦਵਿੰਦਰ ਦੀ ਦੇਖੋ ਹੁੰਦਾ ਕੀ ਹੈ ਲਲਿਤਾ ਕੁਮਾਰੀ ਵਰਸਸ ਸਟੇਟ ਆਫ ਯੂਪੀ ਉਹ ਕਹਿ ਕੀ ਰਹੀ ਹੈ ਉਹ ਕਹਿ ਰਹੀ ਹੈ ਕਿ ਇਟਸ ਦੀ ਡਿਊਟੀ ਆਫ ਦੀ ਪੁਲਿਸ ਟੂ ਰਜਿਸਟਰ ਦੀ ਐਫ ਆਈ ਆਰ ਵਿਦੀਨ 7 ਡੇਸ ਔਰ ਇਸ ਉਹ ਵੀ ਕਿਹੜੇ ਚ ਕੋਗਨੀਜੇਬਲ ਚ ਇਹ ਅਫੈਂਸ ਕਿਹੜੇ ਨੇ ਇਹ ਅਫੈਂਸ ਹੈਗੇ ਨੇ 302 304 ਇਹ ਕਿਹੜੇ ਆ ਗਏ ਇਹ ਭਾਜੀ ਇਟਸ ਅ ਸੀਰੀਅਸ ਅਫੈਂਸ ਬਿਲਕੁਲ ਇਹਨਾਂ ਦਾ ਜਿਹੜਾ ਪਰਚਾ ਦਰਜ ਕਰਨ ਦਾ ਤੁਰੰਤਕ ਬਣਦਾ ਹੈ ਅਸੀਂ ਕਿ ਇਹਦੀ 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 ਸਟੇਟਮੈਂਟ ਲੈਂਦੇ ਤੇ ਪਰਚਾ ਦਿੰਦੇ ਹੁੰਦਾ ਕੀ ਹੈ ਅਮ ਜੀ ਇਸ ਕੇਸ ਤੋਂ ਮੈਂ ਇੱਕ ਤੁਹਾਨੂੰ ਮੈਂ ਸ਼ੌਕਡ ਇਫੈਕਟ ਦਸੂਗਾ ਆਈ ऍम ਨਾਟ ਸੇਇੰਗ ਕਿ ਬਟ ਆਮ ਟਰਸਟਿੰਗ ਫੈਕਟ ਹੈ ਇੰਟਰਸਟਿੰਗਲੀ ਅਸੀਂ ਕਹਿ ਸਕਦੇ ਹਾਂ ਉੱਥੋਂ ਰੈਫਰ ਕਰਦੇ ਕਰਦੇ 2 ਘੰਟੇ ਲਾਤੇ ਇਹ ਬੰਦਾ ਬਾਰ-ਬਾਰ ਕਹਿ ਰਿਹਾ ਹੈ ਕਿ ਯਾਰ ਉਹਦੇ ਮੇਰਾ ਟੇਕ ਕੇਅਰ ਕਰ ਲਓ ਮੇਰੀ ਮਿੰਤ ਹੈ ਮੇਰੀ ਵਾਈਫ ਠੀਕ ਨਹੀਂ ਲੱਗ ਰਹੀ ਔਰ ਸ਼ੀ ਸਿੰਘ ਭਾਜੀ ਸੜਕ ਕੋਲ ਉਹਦੀ ਆਡੀਓ ਹੈ ਸ਼ੀ ਇਜ਼ ਕਲੀਅਰਲੀ ਸੇਂਗ ਕਿ ਜੇ ਮੇਰਾ ਹੈਡੇਕ ਹੈ ਮੈਨੂੰ ਵੋਮਟ ਆ ਰਿਹਾ ਹੈ ਬਟ ਕਿਸੇ ਨੇ ਬਾਦਰ ਨਹੀਂ ਕੀਤਾ ਤੇ ਡਾਕਟਰ ਇਹੀ ਕਹਿੰਦਾ ਰਿਹਾ ਕਿਉਂਕਿ ਹੁੰਦਾ ਕੀ ਹੈ ਇਸ ਹਾਦਸੇ ਤੋਂ ਬਾਅਦ ਸਤਵਿੰਦਰ ਬੁੱਗਾ ਮੌਕੇ ਤੇ ਉਥੇ ਹਸਪੀਟਲ ਪਹੁੰਚ ਜਾਂਦਾ ਹੈ ਔਰ ਹਸਪੀਟਲ ਪਹੁੰਚ ਕੇ ਮਿਸਲਿਡ ਕਰਦਾ ਉਥੇ ਮੈਡੀਕਲ ਆਫੀਸਰਸ ਨੂੰ ਇਹ ਹੁਣ ਸੈਕੰਡ ਅਟੈਂਪਟ ਕੀਤੀ ਕਿ ਮਿਸਲਿਡ ਕੀਤਾ ਕਿ ਸ਼ੀ ਇਸ ਦੀ ਪੇਸ਼ੈਂਟ ਆਫ ਕਲਿੰਚਿੰਗ ਆਫ ਟੀਥਸ ਉਹ ਕੀ ਹੈ ਕਿ ਦੰਦਲਾਂ ਦੀ ਪੇਸ਼ੈਂਟ ਹੈ ਤੁਸੀਂ ਯਾਰ ਗਮਰਾਹ ਕੀਤਾ ਡਾਕਟਰਸ ਨੂੰ ਅਲਟੀਮੇਟਲੀ ਲੱਗਿਆ ਕਿ ਯਾਰ ਪਤ ਨਹੀਂ ਨਾਰਮਲ ਗੱਲ ਹੈ ਸੋ ਅਲਟੀਮੇਟਲੀ ਖੇੜੇ ਵਾਲੇ ਇਹਨੂੰ ਪਾਜੀ ਰੈਫਰ ਕਰਦੇ ਨੇ ਹੁਣ ਉਹਦੇ ਚ ਖੇੜੇ ਹਸਪੀਟਲ ਦਾ ਮੈਂ ਰਿਕਾਰਡ ਦੇਖਿਆ ਉਸ ਰਿਕਾਰਡ ਦੇ ਵਿੱਚ ਕਲੀਅਰ ਲਿਖਿਆ ਹੈ ਕਿ ਇਹਨੂੰ ਇਹ ਜੀ ਨਿਊਰੋ ਸਰਜਨ ਜਿਹੜਾ ਉਹ ਉਹਦੀ ਓਪੀਨੀਅਨ ਚਾਹੀਦੀ ਹੈ ਦੱਸੋ ਤੁਸੀਂ ਵੀ ਫਤੇਗੜ ਸਾਹਿਬ ਜ਼ਿਲ੍ਹੇ ਚ ਆਈ 100% ਸ਼ੋਰ ਕਿ ਉੱਥੇ ਸਾਡੇ ਕੋਈ ਨਿਊਰੋ ਸਰਜਨ ਨਹੀਂ ਉੱਥੇ ਔਰ ਇਹਨਾਂ ਨੇ ਕੀਤਾ ਕੀ ਚਾਹੀਦਾ ਕੀ ਸੀ ਖੇੜੇ ਤੋਂ ਭਾਜੀ ਸਿੱਧਾ ਰੈਫਰ ਕਰਾਉਂਦੇ ਉੱਥੋਂ 15 ਕਿਲੋਮੀਟਰ ਫਤੇਗੜ ਸਾਹਿਬ ਹੈ ਫਤੇਗੜ ਸਾਹਿਬ ਪਹੁੰਚਦਾ ਮੁੜ ਕੇ ਰੈਫਰੀ ਨੂੰ ਕਰ ਦਿੰਦੇ ਨੇ ਜੀਐਮਸੀ 32 ਲੀ ਰਸੇ 'ਚ ਇਹਦੀ ਬੋਡੀ ਜਿਹੜੀ ਸੁਚਾਰੀ ਛੱਡ ਗਈ ਸਵਾਦ ਛੱਡ ਗਈ ਜਦੋਂ ਇਹਨੂੰ ਬ੍ਰਾਉ ਡੈਡ ਡਿclare ਕਰਦੇ ਨੇ ਫੇਰ ਇਹ ਬੋਡੀ ਲੈ ਕੇ ਉੱਥੇ ਖੇੜੇ ਪਹੁੰਚ ਜਾਂਦਾ ਅਗਲੇ ਦਿਨ ਮੈਂ ਜਦੋਂ ਲੰਮਾ ਨਹੀਂ ਕਰਨਾ ਅਗਲੇ ਦਿਨ ਐਸਐਚਓ ਨੇ ਇਹਨੂੰ ਇਹ ਕਿਹਾ ਕਿ ਤੂੰ ਬੋਡੀ ਲੈ ਕੇ ਇੱਥੋਂ ਜਾਣਾ ਕਿ ਇਹਨੂੰ ਮੋਰਚੀ 'ਚ ਛੁੱਟ ਦਵਾ ਮੁਰਕੇ ਤਰਸ ਜਾਏਗਾ ਜੀ ਇਹਦਾ ਮੂੰਹ ਦੇਖਣ ਲਈ ਐਸ ਐਚ ਨੇ ਕਿਹਾ ਫਿਰ ਬਾਜੀ ਕੀ ਹੁੰਦਾ ਫਿਰ ਮੇਰੀ ਲੜਾਈ ਸ਼ੁਰੂ ਹੋ ਗਈ ਇਹਨਾਂ ਦਾ ਮੈਨੂੰ ਫੋਨ ਆਉਂਦਾ ਮੈਂ 26 27 28 ਡੀ ਸੀ ਐਸ ਡੀ ਐਮ ਤਹਿਸੀਲਦਾਰ ਸ਼ਹੀਦੀ ਸਭਾ ਉਧਰ ਚੱਲ ਰਹੀ ਏ ਔਰ ਮੈਂ 28 ਤਰੀਕ ਨੂੰ ਡੀ ਸੀ ਸਾਹਿਬ ਨੂੰ ਮਿਲਿਆ ਕੀ ਮਿਲਿਆ ਡੀ ਸੀ ਨੂੰ ਮੈਂ ਕੋਈ ਵੱਡੀ ਮੰਗ ਨਹੀਂ ਕੀਤੀ ਮੈਂ ਡੀ ਸੀ ਤੋਂ ਸਿਰਫ ਇਨੀ ਮੰਗ ਕੀਤੀ ਕਿ ਤੁਸੀਂ ਪੋਸਟਮਾਰਟਮ ਕਰਵਾ ਦਿਓ ਕਿਉਂਕਿ ਪੁਲਸਾ ਇਹਦੇ ਤੇ ਕੌਗਨੀਸ਼ੈਂਸ ਲੈਣ ਨੂੰ ਤਿਆਰ ਹੀ ਨਹੀਂ ਪੁਲਿਸ ਨੇ ਬੇਸਿਕ ਇੱਕ ਕਾਰਵਾਈ ਹੁੰਦੀ 174 ਦੀ 174 ਕੀਏ ਕਿ ਜੇਕਰ ਕਿਸੇ ਵੀ ਬੰਦੇ ਦੀ ਸਸਪੀਸ਼ੀਅਸ ਸਰਕਮਸਟੈਂਸ ਡੈਥ ਹੋ ਜਵੇ ਕਿਲਡ ਬਾਏ ਅਨਦਰ ਪਰਸਨ ਜੇਕਰ ਲੱਗੇ ਕਿ ਇੱਥੇ ਭੇਤਪਰੀ ਹਾਲਤ ਦੇ ਵਿੱਚ ਕਿਸੇ ਬੰਦੇ ਦੀ ਡੈਥ ਹੋਈ ਹੈ ਉਸ ਕੇਸ ਵੀ ਭਾਜੀ 174 ਦੀ ਔਰ ਇੱਥੇ ਜੂੰਦਾ ਜਾਗਦਾ ਆਈ ਵਿਟਨੈਸ ਰਵਿੰਦਰ ਉਹਦੀ ਸਟੇਟਮੈਂਟ ਨਹੀਂ ਤੁਸੀਂ ਰਿਕਾਰਡ ਕਰ ਰਹੇ ਉਹ ਪਿੱਟ ਰਿਹਾ ਕਿ ਮੇਰੀ ਵਾਈਫ ਨੂੰ ਧੱਕਾ ਮਾਰ ਕੇ ਇਹਨਾਂ ਨੇ ਮਾਰਤਾ ਇਹਨਾਂ ਨੇ ਬਿਲਕੁਲ ਪਰਵਾਹ ਨਹੀਂ ਕੀਤੀ ਮੈਂ ਇਹ ਕਹੂੰਗਾ ਕਿ ਫੌਂਸੀ ਟਾਈਮ ਸਾਨੂੰ ਨਿਕਾ ਕੋ ਨੂੰ ਮੁੱਛ ਦੱਸਿਆ ਜਾਂਦਾ ਸੀ ਕਿ ਇਟਸ ਦੀ ਰੇਅਰਸਟ ਟੂ ਰੇਅਰਸਟ ਕੇਸ ਦੇ ਵਿੱਚ ਫਾਂਸੀ ਹੁੰਦੀ ਹੈ ਮੈਂ ਕਹੂੰਗਾ ਕਿ ਇਹ ਰੇਅਰਸਟ ਟੂ ਰੇਅਰਸਟ ਕੇਸ ਹੈ ਜਿੱਥੇ ਪੁਲਿਸ ਨੇ ਇਹ ਵੀ ਜ਼ਰੂਰੀ ਨਹੀਂ ਸਮਝਿਆ ਕਿ 174 ਦੀ ਅਸੀ ਕਾਰਵਾਈ ਕਰਨੀ ਹੈ ਅਲਟੀਮੇਟਲੀ ਮੈਂ ਡੀਸੀ ਦੇ ਗਿਆ ਐਸਟੀਐਮ ਐਸਟੀਐਮ ਨੇ ਲਿਖਤਾ ਜੀ ਸਿਵਲ ਸਰਜਨ ਨੂੰ ਸਿਵਲ ਸਰਜਨ ਕੀ ਕਹਿ ਰਿਹਾ ਕਿ 174 ਦੀ ਤੇ ਜੀ ਪਾਵਰ ਹੀ ਆਈਓ ਕੋਡ ਹੈ ਸਾਡੇ ਕੋਲ ਤੇ ਨਾ ਬੋਡੀ ਹੈ ਤੇ ਨਾ 174 ਦੀ ਸਾਡੇ ਕੋਲ ਐਪਲੀਕੇਸ਼ਨ ਆਈ ਹੈ ਅਲਟੀਮੇਟਲੀ ਸਰ ਅਸੀਂ ਮਨਜੁਗ ਉੱਥੇ ਟ੍ਰਾਇਲ ਕੋਰਟ ਸੀ ਕਿਉਂਕਿ ਉਹਨਾਂ ਦਿਨਾਂ ਚ ਹਾਈ ਕੋਰਟ ਬੰਦ ਸੀ ਅਸੀਂ ਉੱਥੇ ਦਰਵਾਜ਼ਾ ਖੜਕਾਣੇ 156 ਤਿੰਦਾ ਇਸ ਗੱਸਾ ਪਾਤਾ ਔਰ ਉਹਦੇ ਚ ਵੀ ਮੈਂ ਮੋਟੇ ਚ ਮੰਗਿਆ ਕਿ ਭਾਈ ਪੋਸਟਮਾਰਟਮ ਕਰਵਾ ਦਿਓ ਸਾਡਾ ਪੋਸਟਮਾਰਟਮ ਬੋਰਡ ਆਫ ਡਾਕਟਰਸ ਤੋਂ ਕਰਵਾ ਦਿਓ ਉੱਥੇ ਜੱਟ ਸਾਹਿਬ ਨੇ ਬਹੁਤ ਮੈਂ ਉਹ ਉਹਨਾਂ ਨੇ ਇਸ ਸ਼ਹੀਦ ਦੀ ਜੁੜ ਮੇਲੇ ਚ ਵੀ ਟੈਲੀਫੋਨਿਕਲੀ ਨੈਬਕੋਰਟ ਨੂੰ ਕਹਿ ਕੇ ਐਸ ਐਚਓ ਤੇ ਜਿਹੜਾ ਸਬ ਇਨਸਪੈਕਟਰ ਇਹਨੂੰ ਲਾਈਨ ਤੇ ਲਿਆ ਤੇ ਉਹਨੇ ਜਿਹੜਾ ਸਬ ਇਨਸਪੈਕਟਰ ਇਹ ਉਹ ਆ ਕੇ ਕੀ ਕਹਿ ਰਿਹਾ ਉਹ ਆ ਕੇ ਇਹ ਆਰਡਰ ਚ ਤਰਜਾ ਮੈਂ ਕੋਲੋਂ ਨਹੀਂ ਕਹਿ ਰਿਹਾ ਹੀ ਇਸ ਕਲੀਅਰਲੀ ਸੇਇੰਗ ਕਿ ਮੈਨੂੰ ਨਹੀਂ ਲੱਗਿਆ ਕਿ ਇਹ ਕਿਸੇ ਸਸਪੀਸ਼ਸ ਸਰਕਮਸਟਾਂਸ ਆ ਦਾ ਨੈਚੁਰਲ ਡੈਥ ਹੈ ਦੇਖੋ ਤੁਸੀਂ ਤੂੰ ਤੂੰ ਕੋਈ ਡਾਕਟਰੀ ਪਾਸ ਕਰ ਲਈ ਤੂੰ ਬਾਡੀ ਨੂੰ ਬਾਹਰੋਂ ਹੀ ਦੇਖ ਕੇ ਈਵਨ ਡਾਕਟਰ ਭਾਜੀ ਕੋਈ ਵੀ ਸਰਜਨੇ ਭਾਵੇਂ ਕੋਈ ਨਿਊਰੋ ਸਰਜਨੇ ਸਰ ਡਾਕਟਰਸ ਵੀ ਬਾਰੋਂ ਬੋਡੀ ਨੂੰ ਦੇਖ ਕੇ ਕੋਈ ਅਸੈਸ ਨਹੀਂ ਕਰ ਸਕਦਾ ਜਦੋਂ ਤੱਕ ਬੋਡੀ ਦਾ ਭਾਜੀ ਪੋਸਟਮਾਰਟਮ ਨਹੀਂ ਹੋਣਾ ਉਹਦਾ ਕੌਜ਼ ਆਫ ਐਕਸ਼ਨ ਕਿੱਥੋਂ ਕੱਢ ਲੋਂਗੇ ਹੁਣ ਉਸ ਤੋਂ ਬਾਅਦ ਅਗਲੀ ਗੱਲ ਕੀ ਹੁੰਦੀ ਹੈ ਸਾਡੀ ਉਹ ਡਿਕਲਾਈਨ ਇਸ ਕਰਕੇ ਹੋ ਗਈ ਜੀ ਪੁਲਿਸ ਨੇ ਪੁਲਿਸ ਫਾਈਲ ਨੇ ਸੜੀ ਹੈਲਪ ਨਹੀਂ ਕੀਤੀ 174 ਕਿਉਂਕਿ 170 ਤੋਂ ਬਿਨਾ ਸੜਾ ਕਹਿ ਸਕੇ ਤੁਰਿਆ ਨਹੀਂ ਅਲਟੀਮੇਟਲੀ ਮੈਂ ਇਹਨਾਂ ਨੂੰ ਹੌਸਲਾ ਦਿੰਦਾ ਉਸ ਉਸ ਦਿਨ ਭਾਜੀ 6-7 ਦਿਨ ਹੋ ਗਏ ਸੀ ਇਹ ਭੇੜੇ ਪੈ ਗਏ ਮੈਨੂੰ ਅੱਜ ਵੀ ਯਾਦ ਹੈ ਵੀ ਜਦੋਂ ਅਸੀਂ ਕੋਰਟ ਤੋਂ ਬਾਹਰ ਨਿਕਲੇ ਇਹ ਭੇੜੇ ਪੈ ਕੇ ਕਹਿੰਦੇ ਘੁਮਣ ਸਾਹਿਬ ਵੀ ਹੁਣ ਕੀ ਹੋਊਗਾ ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਹਾਈ ਕੋਰਟ ਖੋਲ੍ਹ ਲਈਏ 4 ਤਰੀਕ ਨੂੰ ਪਰ 4 ਤਰੀਕ ਭਾਜੀ ਉਹ ਤੋਂ ਬਹੁਤ ਦੂਰ ਲੱਗਦੀ ਸੀ ਇਹ 28 ਤਰੀਕ ਦੀ ਗੱਲ ਹੈ 29 30 31 1 2 ਹਣਾ ਚਲੋ ਕਰਦੇ ਕਰਦੇ ਥੋੜਾ ਜਿਹਾ ਇਹਨਾਂ ਨੂੰ ਵੀ ਵਿਸ਼ਵਾਸ ਸੀ ਵੀ ਮੈਨੂੰ ਕਾਨੂੰਨ ਮੈਨੂੰ ਕੋਰਟ ਤੋਂ ਮੈਂ ਕੁਝ ਮਿਲੂਗਾ ਅਸੀਂ ਪ੍ਰਮਾਤਮਾ ਨੂੰ ਤੇ ਆ ਕੇ ਪਟੀਸ਼ਨ ਦਾਖਲ ਕੀਤੀ ਕੱਲ 4 ਤਰੀਕ ਨੂੰ ਕੋਰਟ ਖੁੱਲਦੀ ਹੈ ਤੁਹਾਨੂੰ ਪਤਾ ਹੈ ਅਸੀਂ ਸਵੇਰੇ ਡੀਬੀ ਦੇ ਰਿਕੁਐਸਟ ਕੀਤੀ ਸੋ ਅੱਜ ਇਹ ਸਾਡਾ ਜਿਹੜਾ ਮਾਮਲਾ ਸੀ ਉਹ ਲਿਸਟ ਹੋ ਗਿਆ ਤੇ ਅੱਜ ਮੈਂ ਇਸ ਕੇਸ 'ਚ ਕਹੂੰਗਾ ਕਿ ਦਵਿੰਦਰ ਭੋਲੇ ਦੀ ਅੱਜ ਮਾਨਯੋਗ ਹਾਈ ਕੋਰਟ 'ਚ ਪਟੀਸ਼ਨ ਨਾਲ ਜਿੱਤ ਹੋਈ ਹੈ ਤੇ ਜਿਹੜਾ ਉੱਥੋਂ ਦਾ ਐਡਮਿਨਿਸਟ੍ਰੇਸ਼ਨ ਸਾਡੇ ਨਾਲ ਇੱਕ ਪਾਰਟੀ ਦੇਖੋ ਐਡਮਿਨਿਸਟ੍ਰੇਸ਼ਨ ਕਦੀ ਧਿਰ ਨਹੀਂ ਬਣਦਾ ਹੁੰਦਾ ਪੁਲਿਸ ਕਦੀ ਧਿਰ ਨਹੀਂ ਬਣਦੀ ਹੁੰਦੀ ਅੱਜ ਜਿਹੜਾ ਉੱਥੋਂ ਦਾ ਐਡਮਿਨਿਸਟ੍ਰੇਸ਼ਨ ਉਹ ਭਾਵੇਂ ਮੈਕਨਾ ਸਾਡੇ ਉੱਤੇ ਪੁਲਿਸ ਡਿਪਾਰਟਮੈਂਟ ਹੈ ਆਈਦਰ ਉਹ ਭਾਵੇਂ ਕੋਈ ਐਸਜੀਐਮ ਹੈ ਕੋਈ ਸਿਵਲ ਸਰਜਨ ਇੱਕ ਧਿਰ ਜੀ ਬਣਦੀ ਬਣ ਕੇ ਬਹਿ ਗਏ ਕਿ ਜਿਵੇਂ ਅਸੀਂ ਤਾਂ ਜਿੰਨੇ ਇੱਕ ਪੱਥਰ ਤੇ ਲਕੀਰ ਆ ਗਈ ਵੀ ਯਾਰ ਅਸੀਂ ਇਤੋਂ ਅੱਗੇ ਜਾਣਾ ਹੀ ਨਹੀਂ ਸੋ ਅੱਜ ਦਵਿੰਦਰ ਪੋਲੇ ਦੀ ਜਿੱਤ ਹੋਈ ਏ ਤੇ ਉਹਨਾਂ ਦੀ ਹਾਰ ਹੋਈ ਏ ਮਾਨਚੁਗ ਹਾਈ ਕੋਰਟ ਨੇ ਕਲੀਅਰ ਕੱਟ ਪਾ ਜੀ ਆਰਡਰ ਜਿਹੜਾ ਮੇਰੇ ਹੱਥ 'ਚ ਏ ਆ ਦੇਖੋ 1.5 ਹਜੇ ਵੱਜਿਆ ਨਹੀਂ 2 ਵਜੇ ਨਹੀਂ ਤਾਂ ਸਾਨੂੰ ਆਰਡਰ ਜਿਹੜਾ ਉਹ ਮਿਲ ਵੀ ਗਿਆ ਔਰ ਇਸ ਆਰਡਰ ਦੇ ਮੁਤਾਬਕ ਸਾਨੂੰ ਅੱਜ ਇੱਕ ਆਸ ਵੱਜ ਗਈ ਨਹੀਂ ਤਾਂ ਜੇ ਅਸੀਂ ਜਿਵੇਂ ਸਾਡੇ ਤੇ ਪ੍ਰੈਸ਼ਰ ਸੀ ਕਿ ਇਹਦਾ ਸਸਕਾਰ ਕਰ ਦੋ ਜੇ ਅਸੀਂ ਉਸ ਬੋਡੀ ਦਾ ਸਸਕਾਰ ਕਰ ਦੰਦੇ ਤਾਂ ਉਸ ਰਾਖ ਦੇ ਵਿੱਚ ਇਹ ਕੇਸ ਜਿਹੜਾ ਸੀ ਉਹ ਖਤਮ ਹੋ ਜਾਣਾ ਸੀ ਪਰ ਅੱਜ ਸਾਡਾ ਜਿਹੜੀ ਆਸ ਹੈ ਅੱਜ ਸਾਨੂੰ ਜੂੰਦਾ ਕਰਤਾ ਦੁਬਾਰਾ ਸੋ ਅੱਜ ਜਿਹੜੀ ਇਹ ਪੋਸਟਮਾਰਟਮ ਦੀ ਜਿਹੜੀ ਹੈ ਹੈਗੀ ਇਹ ਕਾਰਵਾਈ ਉਹ ਅੱਜ ਮਾਨਚੋ ਕੋਰਟ ਨੇ ਵੱਡਾ ਆਰਡਰ ਕੀਤਾ ਹੈ ਕੱਲ ਪੋਸਟਮਾਰਟਮ ਤੇ ਬਾਅਦ ਕੀ ਕਾਰਵਾਈ ਦੀ ਮੰਗ ਕਰ ਰਹੇ ਹੋਰ ਕੀ ਕਾਰਵਾਈ ਬਣਦੀ ਹੈ ਲੀਗਲੀ ਦੇਖੋ ਮੈਨੂੰ ਇੱਕ ਚੀਜ਼ ਲੱਗਦੀ ਹੈ ਅਮਨ ਜੀ ਕਿ ਇਹ ਬੇਸਿਕ ਸਾਡਾ ਅਧਿਕਾਰ ਹੈ ਵੀਰਸੀ ਐਟ ਲੀਸਟ ਇਹ ਪਤਾ ਕਰੀਏ ਕਿ ਸਾਡਾ ਜਿਹੜਾ ਪਰਿਵਾਰ ਦਾ ਮੈਂਬਰ ਚਲੇ ਗਿਆ ਉਹਦਾ ਕੌਜ਼ ਆਫ ਡੈਥ ਕਾਰਨ ਕੀ ਡੈਥ ਦਾ ਹੁਣ ਉਹਦੇ ਚ ਮੰਨ ਲਓ ਕੀ ਹੁੰਦਾ ਕੌਜ਼ ਆਫ ਡੈਥ ਡੈਥ ਦੇ ਵਿੱਚ ਇੰਜਰੀਜ਼ ਹੁੰਦੀਆਂ ਨੇ ਵੌਂਡਸ ਹੁੰਦੇ ਨੇ ਬਰੂਚਸ ਹੁੰਦੇ ਨੇ ਬਰੂਚਸ ਕੀ ਜਦੋਂ ਡੇਲ ਕਰੀਏ ਮੈਨੂੰ ਇੱਕ ਚੀਜ਼ ਲੱਗਦੀ ਏ ਕਿ ਜੋ ਦੇਖੋ ਅਲਟਰਕੇਸ਼ਨ ਬਿਟਵੀਨ ਬ੍ਰਦਰਸ ਹੁੰਦੀ ਹੈ ਲੜਾਈ ਝਗੜਾ ਇਹ ਆਪਾਂ ਸਾਰੇ ਲੋਕ ਸੋਸ਼ਲ ਮੀਡੀਆ ਦੇ ਉੱਪਰ ਰੂਟੀਨ ਚ ਰੰਦਾ ਚੱਲ ਰਿਹਾ ਸੀ 23 ਤਰੀਕ ਨੂੰ ਵੀ ਲਾਈਵ ਸਤਿਮੰਦਰ ਬੁੱਗਾ ਇਹਨਾਂ ਨੂੰ ਸਟੈਬਿਲੇਟਡ ਹੁੰਦਾ ਵੀ ਗਲਾ ਦਬਾਰਿਆ ਦੇਖੋ ਵਾਈਫ ਜਿਹੜੀ ਹੈ ਲੜਾਈ ਤਾਂ ਭਰਾਵਾਂ ਦੇ ਵਿੱਚ ਘਾਤ ਸੀ ਲੜਾਈ ਤਾਂ ਉਹਨਾਂ ਦੀ ਜ਼ਮੀਨ ਸੰਬੰਧੀ ਚੱਲੀ ਜਾਂਦੀ ਸੀ ਜਿਹੜੀ ਵਾਈਫ ਇਹਨਾਂ ਦੀ ਨਾਊ ਡਿਸੀਜ਼ਡ ਉਹ ਵਿਚਾਰੇ ਹੁੰਦੇ ਨੇ ਇਸ ਕਰਕੇ ਕਿਉਂਕਿ ਇਹਨਾਂ ਦੀ ਕਾਰ ਦੀ ਚਾਬੀ ਕੱਢ ਲਈ ਵੀ ਅਜੇ ਨੂੰ ਭੱਜਣ ਨਹੀਂ ਦੇਣਾ ਤਾਂ ਉਹ ਦੂਜੀ ਗੱਲ ਜਦੋਂ ਮੌਕੇ ਦੇ ਉੱਪਰ ਵਾਈਫ ਆਈ ਤਾਂ ਉਹਨਾਂ ਨੇ ਉਹ ਬੰਦਿਆਂ ਨੂੰ ਕਿਹਾ ਕਿ ਕਿਉਂ ਇਹਨੂੰ ਮਾਰਨ ਲੱਗੇ ਹੋ ਦੇਖੋ ਇੱਕ ਵਾਈਫ ਪ੍ਰੋਟੈਕਸ਼ਨ ਹੀ ਆਈ ਔਰ ਉਸ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਾਂ ਕਿ ਅਸੀਂ ਮਾਨਯੋਗ ਕੋਰਟ ਕੋਰਟ ਦੇ ਵਿੱਚ ਔਨਰੇਬਲ ਹਾਈ ਕੋਰਟ 'ਚ 20 ਦਸੰਬਰ ਨੂੰ ਅਸੀਂ ਇੱਕ ਕ੍ਰਿਮੀਨਲ ਰਿਟ ਪਟੀਸ਼ਨ ਪਾਈ ਇਹਦੀ ਪ੍ਰੋਟੈਕਸ਼ਨ ਦੀ ਜਾਨ ਮਾਲ ਦੀ ਰੱਖੀ ਸੀ ਉਹਦੇ ਤੇ ਮਾਨਯੋਗ ਹਾਈ ਕੋਰਟ ਨੇ ਐਸਐਚਓ ਨੂੰ ਹਦਾਇਤ ਕੀਤੀ ਐਸਐਸਪੀ ਨੂੰ ਵੀ ਤੁਸੀਂ ਇਨ ਪਰਸਨ ਸਤਵਿੰਦਰ ਬੁggen ਨੂੰ ਦੱਸਣਾ ਵੀ ਆਹ ਮਾਮਲਾ ਹਾਈ ਕੋਰਟ ਦੇ ਵਿੱਚ ਆ ਗਿਆ ਕੋਈ ਜਾਨੀ ਮਾਲੀ ਨੁਕਸਾਨ ਹੋ ਨਾ ਜਾਵੇ ਔਰ ਮੈਨੂੰ ਇਹ ਇਹ ਗੱਲ ਕਹਿਣ 'ਚ ਕੋਈ ਦੋਰਾ ਹੀ ਨਹੀਂ ਵੀ ਇਨਸਟੈਂਟ ਇਹਨਾਂ ਨੇ ਉਹਦੀ ਕੰਪਲੈਂਸ ਕੀਤੀ ਹੋਣੀ ਔਰ ਉਹਦਾ ਮਾਮਲਾ ਧਿਆਨ ਚ ਨੋਟਿਚ ਹੋਏਗਾ ਉਸ ਤੋਂ ਹਾਈ ਕੋਰਟ ਦੇ ਵਿੱਚ ਮਾਮਲਾ ਦੇਣ ਏ ਫਰਵਰੀ 2024 ਤੱਕ ਤੇ ਉਹਨੇ ਫੇਰ ਯਾਰ 23 ਤਰੀਕ ਨੂੰ ਨੇ ਅਟੈਂਪਟ ਕੀਤੀ ਇਹਦੇ ਉੱਪਰ ਔਰ ਦੂਜੀ ਗੱਲ ਮੈਂ ਗੱਲ ਕਵਾਂਗਾ ਕਿ ਇਹ ਸਾਰੇ ਮਾਮਲੇ ਦੇ ਵਿੱਚ ਜਦੋਂ ਰਪਲਾਈ ਉਹਨਾਂ ਦੀ ਮੈਂ ਵੀ ਸੋਸ਼ਲ ਮੀਡੀਆ ਤੇ ਅੱਜ ਅਸੀਂ ਨੈਕਸਚਰ ਵੀ ਵਿੱਚ ਅਟੈਚ ਕੀਤਾ ਹੈ ਉਹਨਾਂ ਨੇ ਖੁਦ ਇਹ ਮੰਨ ਲਿਆ ਵੀ ਜਦੋਂ ਸਾਡੀ ਆਲਟਰਕੇਸ਼ਨ ਲੜਾਈ ਝਗੜਾ ਸਫਲ ਹੋ ਰਹੀ ਸੀ ਤਾਂ ਉਹਦੇ ਵਿੱਚ ਸੀਕਵੈਂਸ ਆਫ ਇਵੈਂਟਸ ਨੂੰ ਮੰਨ ਕੇ ਵੀ ਉਹ ਉੱਥੇ ਮੌਕੇ ਤੇ ਮੌਜੂਦ ਹੋਏ ਨੇ ਸੀਸੀਟੀਵੀ ਫੁਟੇਜ ਕਹਿ ਰਿਹਾ ਵੀ 2 ਵਜੇ ਘਰੋਂ ਕਨੇਟਿਕ ਤੇ ਭੱਜੇ ਨੇ ਤਾਂ ਮੈਨੂੰ ਅਮਨ ਜੀ ਤੁਹਾਡਾ ਸਵਾਲ ਵੀ ਲੈ ਲੈਣਾ ਮੈਨੂੰ ਇਹ ਗੱਲ ਲੱਗਦੀ ਏ ਵੀ ਇਨਵੈਸਟੀਗੇਸ਼ਨ ਏਜੰਸੀ ਨੂੰ ਇਨੀਸ਼ੀਅਲੀ ਪਰਚਾ ਦਰਜ ਕਰਕੇ ਰੈਲੇਵੈਂਟ ਸੈਕਸ਼ਨਸ ਆਫ ਆਈਪੀਸੀ ਜੇ ਤਾਂ ਗੱਲ ਕਰੀਏ ਫੋਰਸਫੁਲੀ ਧੱਕੇ ਦੀ ਤਾਂ 302 ਜੇਕਰ ਪ੍ਰੈਜ਼ੈਂਸ ਦੀ ਗੱਲ ਕਰ ਲਈਏ ਤਾਂ ਤਾਂ ਵੀ ਤਿਲ ਹੋ। ਜੀ ਵੀਡੀਓ ਹੈ ਕੋਈ ਤੱਕਾ ਮਾਰਦਿਆਂ ਦੀ ਜਾਂ ਕੋਈ ਐਵੀਡੈਂਸ ਨਹੀਂ ਮੈਂ ਦੱਸਦਾ ਜੀ ਸਾਡੇ ਕੋਲ ਉਸ ਮੋਕੇ ਜੋ ਦੇਖੋ ਦਿਸ ਇਜ਼ ਵਾਟ ਆਮ ਸਿੰਗ ਕਿ ਜਿਹੜਾ ਪਹਿਲਾ ਇਨਸੀਡੈਂਸ ਸੀ ਜਦੋਂ ਇਹ ਲਾਈਵ ਹੋਏ ਨੇ ਆ ਮੇਰੇ ਗਲ ਪੈ ਗਏ ਜਿੱਥੇ ਉਹਨਾਂ ਨੇ ਸਪੈਸ਼ਲੀ ਇਹਨਾਂ ਨੂੰ ਗਲੇ ਨੂੰ ਸਟ੍ਰੈਗੂਲੇਟ ਕੀਤਾ ਹੈ ਦੋਾਇਆ ਔਰ ਉਹਨਾਂ ਨੇ ਬਕਾਇਦਾ ਜਿਹੜਾ ਆਪਾਂ ਦਸਤਾ ਕਹਿੰਦੇ ਆ ਦਸਤਾ ਡੰਡੇ ਦਾ ਉਹਦੇ ਨਾਲ ਇਹਨਾਂ ਦੀ ਸਾਰੀ ਕੁੱਟ ਮਾਰ ਉਹਨਾਂ ਤਿੰਨ ਵਿਅਕਤੀਆਂ ਨੇ ਕੀਤੀ ਉਹ ਚੀਜ਼ ਦੀ ਲਾਈਵ ਚੱਲੀ ਔਰ ਉਸ ਤੋਂ ਬਾਅਦ ਜਦੋਂ ਵਾਈਫ ਨਿਕਲਦੇ ਨੇ ਤੁਸੀਂ ਬੜਾ ਸੋਹਣਾ ਬਸ ਇ ਰੈਲੇਵੈਂਟ ਸਵਾਲ ਪੁੱਛਿਆ ਮੈਨੂੰ ਉਹਨਾਂ ਦੇ ਘਰੋਂ ਨਿਕਲਦਿਆਂ ਦੀ ਸੀਸੀਟੀਵੀ ਫੁਟੇਜ ਕਨੇਟਿਕ ਤੇ ਭਜਦਿਆਂ ਦੀ ਔਰ ਮੌਕੇ ਦੇ ਉੱਪਰ ਜਦੋਂ ਪਹੁੰਚ ਗਏ ਔਰ ਉਹ ਕਿਹੜਾ ਮੁਕਰ ਰਹੇ ਨੇ ਸਤਵਿੰਦਰ ਬੁੱਗਾ ਤਾਂ ਆਪਣੀ ਵੀਡੀਓ ਚ ਆਪ ਕਹਿ ਰਿਹਾ ਯਾਰ ਵੀ ਉਹ ਮੌਕੇ ਤੇ ਆਏ ਨੇ ਤੇ ਉਸ ਤੋਂ ਬਾਅਦ ਜਿਹੜੀ ਸੈਕੰਡ ਅਟੈਂਪਟ ਕੀਤੀ 댓 ਇਜ਼ ਮੋਰ ਡੇਂਜਰਸ ਕਹਾਂਗਾ ਮੈਂ ਖਤਰਨਾਕ ਸੀ ਜਦੋਂ ਹਸਪੀਟਲ ਤੇ ਜਾ ਕੇ ਉਹ ਇੱਕ ਪਾਸੇ ਕ੍ਰਿਟੀਕਲ ਨੇ ਤੇ ਡਾਕਟਰਾਂ ਨੂੰ ਆਪਾਂ ਗੁੰਮਰਾਹ ਕਰਨ ਤੇ ਲੱਗੇ ਆ ਆਪਾਂ ਕਹਿੰਦੇ ਆ ਤਾਂ ਦੰਦਲਾਂ ਤੋਂ ਹੋਇਆ ਕੀ ਹੈ ਅੱਛਾ ਗਾਂ ਡਾਕਟਰਸ ਨੂੰ ਇਹ ਲੱਗਿਆ ਵੀ ਫੈਮਿਲੀ ਮੈਂਬਰਸ ਕਹ ਰਿਹਾ ਕਿਉਂਕਿ ਇਹ ਵਿਚਾਰਾ ਉਹਨਾਂ ਦੇ ਅੱਗੇ ਹੱਥ ਜੋੜ ਕੇ ਦਵਿੰਦਰ ਭੋਲਾ ਜੀ ਉਹਨਾਂ ਨੂੰ ਰਿਕਵੈਸਟ ਕਰਦੇ ਸਨ ਵੀ ਯਾਰ ਵੀ ਮੇਰੀ ਵਾਈਫ ਦੀ ਹਾਲਤ ਮਤਲਬ ਨਾ ਜੁਕੇ ਤੁਸੀਂ ਇਹਨੂੰ ਮੈਂ ਕਾਈਂਡਲੀ ਰੈਫਰ ਕਰ ਦੋ ਤੇ ਅੱਗੋਂ ਡਾਕਟਰ ਜਿਹੜਾ ਸੀ ਉਹਨੇ ਇਹਨੂੰ ਡਾਂਟਿਆ ਤੇ ਇਹਨੂੰ ਡਾਂਟ ਕੇ ਕਹਿੰਦਾ ਵੀ ਤੂੰ ਮੈਨੂੰ ਭਾਵੇਂ ਭਗਵੰਤ ਮੰਨਦਾ ਕਰਦੇ ਮੈਨੂੰ ਇਹ ਲੱਗਦਾ ਹੈ ਕਿ ਆ ਡਾਕਟਰਸ ਨੂੰ ਵੇਖੋ ਤੁਸੀਂ ਖੁਦਾਓ ਤੁਸੀਂ ਰਾਪ ਤੁਸੀਂ ਇਸ ਤਰ੍ਹਾਂ ਕਿਹੜਾ ਤੁਸੀਂ ਛਿੜਕਾਂ ਦਵੋ ਲੋਕਾਂ ਨੂੰ ਵੇਖੋ ਮੇਰੀ ਗੱਲ ਮੇਰੀ ਗੱਲ ਸੁਣੋ ਮਾਜੀ ਮੇਰੇ ਪਰਿਵਾਰ ਦਾ ਮੈਂਬਰ ਜਾਂਦਾ ਹੈ ਇਹ ਕਹਿੰਦੇ ਜਿਸ ਤਣ ਲਾਗੇ ਵਹੀ ਤਣ ਜਾਣੇ ਯਾਰ ਪਰਿਵਾਰ ਦੇ ਵਿੱਚ ਉਹਨਾਂ ਦਾ ਮੈਂਬਰ ਜਾ ਰਿਹਾ ਸੀ ਅਗਲੇ ਆ ਡਾਕਟਰ ਚ ਨੂੰ ਇੰਨੀ ਗੱਲ ਕਹਿਣ ਚ ਕੋਈ ਅਫੈਂਸ ਤਾਂ ਨਹੀਂ ਵੀ ਭਾਈ ਮੇਰੇ ਇਹਦੇ ਇੰਜਰੀਸ ਸਿਰ ਚ ਸੱਟਾਂ ਮੱਝੀਆਂ ਨੇ ਉਹ ਉਹਨਾਂ ਨੂੰ ਬੁੱਗੇ ਨੇ ਜਾ ਕੇ ਕਿਤੇ ਨਾ ਕਿਤੇ ਗੁੰਮਰਾਹ ਕਰਤਾ ਵੀ ਸੇਰ ਵਾਲੀ ਸੱਟ ਦੇ ਪਿੱਛੇ ਨਾ ਜਾਓ ਇਹਨੂੰ ਦੰਦਣਾ ਪੈਂਦੀਆਂ ਨੇ ਸੋ ਯਾਰ ਨਿਊਰੋ ਨਿਊਰੋਲੋਜਿਸਟ ਲਿਖੀ ਜਾਂਦੇ ਹੋ ਤੁਸੀਂ ਯਾਰ ਉਹਨੂੰ 2 ਘੰਟੇ ਤੁਸੀਂ ਉਹਨੂੰ ਤੁਸੀਂ ਉਹਨੂੰ ਉੱਥੇ ਪਹਿਲਾਂ ਉੱਥੇ ਰੱਖ ਲਿਆ ਫਿਰ ਉੱਥੇ ਕਰ ਲਿਆ ਜੇ ਇਹ ਹੀ ਤੁਸੀਂ ਟਾਈਮਲੀ ਕਿਤੇ 32 ਵਾਲੇ ਹਸਪੀਟਲ ਚ ਜਾਂ ਸੋਨਾ ਰੈਫਰ ਕੀਤਾ ਹੁੰਦਾ ਸ਼ਾਇਦ ਅੱਜ ਇਹ ਹਾਲਾਤ ਨਾ ਬਣਤੇ ਪੋਸਟਮਾਰਟਮ ਤੇ ਬਾਅਦ ਕੀ ਕਾਰਵਾਈ ਬਣਦੀ ਹੈ ਔਰ ਜੇ ਨਹੀਂ ਕੋਈ ਕਾਰਵਾਈ ਹੋਈ ਤਾਂ ਕਿਆ ਉਸ ਨੂੰ ਚੈਲੰਜ ਕੀਤਾ ਜਾਏਗਾ ਦੇਖੋ ਮੈਨੂੰ ਇਹ ਲੱਗਦਾ ਵੀ ਅਸੀਂ ਪੋਜ਼ਿਟਿਵ ਆ ਜੀ ਠੀਕ ਹੈ ਸਾਡੇ ਵਾਸਤੇ ਮੈਨੂੰ ਇਹ ਲੱਗਦਾ ਵੀ ਅੱਜ ਇੱਕ ਵੱਡੀ ਜਿੱਤ ਇਹ ਹੋਈ ਵੀ ਉਹਨਾਂ ਨੇ ਤਾਂ ਪੋਸਟਮਾਰਟਮ ਦੀ ਕਹਾਣੀ ਖਤਮ ਕਰਤੀ ਸੀ ਉਹ ਤਾਂ ਕਹਿੰਦੇ ਹੋਇਆ ਹੀ ਕੁਛ ਨਹੀਂ ਸਾਡੇ ਵਾਸਤੇ ਇੱਕ ਵੱਡੀ ਗੱਲ ਹੈ ਕਿ ਪੋਸਟਮਾਰਟਮ ਦੀਆਂ ਰਿਪੋਰਟਸ ਜਿਹੜੀਆਂ ਉਹ ਉਹਨਾਂ ਨੇ ਸਾਨੂੰ ਨਹੀਂ ਵੀ ਅਸੀਂ ਸਬਮਿਟ ਕਰਵਾਉਣੀਆਂ ਨੇ ਉਹ ਉਹਨਾਂ ਨੇ ਉਹਨਾਂ ਨੂੰ ਹੀ ਕਹਿਤਾ ਵੀ ਤੁਸੀਂ ਵਿਦਿਨ 1 ਵੀਕ ਤੁਸੀਂ ਸਬਮਿਟ ਕਰਾਓਗੇ ਇਨਵੈਸਟੀਗੇਸ਼ਨ ਏਜੰਸੀ ਨੂੰ ਉਸ ਤੋਂ ਬਾ ਉਸ ਤੋਂ ਬਾਅਦ ਮੈਨੂੰ ਇਹ ਲੱਗਦਾ ਪੋਸਟਮਾਰਟਮ ਦੀ ਰਿਪੋਰਟਸ ਤੋਂ ਬਾਅਦ ਇਨਵੈਸਟੀਗੇਸ਼ਨ ਏਜੰਸੀ ਨੂੰ ਚਾਹੀਦਾ ਹੈ ਵੈਸੇ ਤੇ ਚਾਹੀਦਾ ਵੀ ਹੁਣੇ ਇਨਸਟੈਂਟ ਜਿਵੇਂ ਅੱਜ ਹਾਈ ਕੋਰਟ ਦਾ ਇੱਕ ਰਵਈਆ ਜਾਂ ਰੁਖ ਇੱਕ ਸਾਹਮਣੇ ਆਇਆ ਹੈ ਮੈਨੂੰ ਇਹ ਲੱਗਦਾ ਹੈ ਕਿ ਪਰਚਾ ਹੁਣੇ ਇਮੀਡੀਏਟਲੀ ਦਰਜ ਕਰਨਾ ਤੇ ਉਹ ਦਾਕ ਪਾਰਟ ਹੈ ਪੋਸਟਮਾਰਟਮ ਇਹ ਦੇਖੋ ਪੋਸਟਮਾਰਟਮ ਇੱਕ ਬੋਡੀ ਦਾ ਐਗਜ਼ਾਮੀਨੇਸ਼ਨ ਹੈ ਆਦਰਵਾਇਜ਼ ਜਿਹੜੀ ਆਲਟਰਕੇਸ਼ਨ ਹੈ ਉਹ ਤਾਂ ਉਹ ਤਾਂ ਜੱਗ ਜਾ ਰਹੇ ਔਰ ਤੁਸੀਂ ਇਹ ਮੰਨ ਰਹੇ ਹੋ ਵੀ ਉਹ ਮੌਕੇ ਤੇ ਮजूद ਸੀ ਸੋ ਮੈਨੂੰ ਲੱਗਦਾ ਵੀ ਇਨਵੈਸਟੀਗੇਸ਼ਨ ਏਜੰਸੀ ਜੇਕਰ ਆਪਾਂ ਕਹੀਏ ਫੇਅਰ ਤਰੀਕੇ ਨਾਲ ਸਾਫ਼ ਸੁਥਰੇ ਢੰਗ ਨਾਲ ਜੇ ਤੁਸੀਂ ਪੜਤਾਲ ਇਨਵੈਸਟੀਗੇਸ਼ਨ ਕਰਨੀ ਹੈ ਤਾਂ ਤੁਸੀਂ ਪਰਚਾ ਦਰਜ ਕਰੋ ਤੇ ਪੜਤਾਲ ਨੂੰ ਫਿਰ ਅੱਗੇ ਵਧਾਓ ਉਹਦਾ ਹੀ ਇੱਕ ਪਾਟ ਪੋਸਟਮਾਰਟਮ ਦੀ ਰਿਪੋਰਟ ਵੀ ਹੋਏਗੀ ਠੀਕ ਹੈ ਪੁੱਛੋ ਜੀ ਕਿੰਨੀ ਕਾਰਵਾਈ ਦਾ ਲੱਗਦਾ ਹੈ ਤੁਹਾਨੂੰ ਹੁਣ ਕੀ ਉਮੀਦ ਹੈ ਕਿ ਹੁਣ ਪੋਸਟਮਾਰਟਮ ਤੋਂ ਬਾਅਦ ਕਾਰਵਾਈ ਹੋ ਸਕਦੀ ਸਰ ਸਭ ਤੋਂ ਪਹਿਲਾਂ ਤਾਂ ਮੈਂ ਮਾਨਯੋਗ ਹਾਈ ਕੋਰਟ ਦਾ ਬਹੁਤ ਬਹੁਤ ਧੰਨਵਾਦ ਕਰਦਾ ਦੂਜਾ ਮੈਂ ਕਮਨ ਬ੍ਰਦਰਸ ਦਾ ਆਪਣੇ ਰਹਿੰਦੇ ਸਾਹਾਂ ਤੱਕ ਮੈਂ ਕਰਜ਼ਦਾਰ ਰਹੂੰਗਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਮੇਰੇ ਮੈਨੂੰ ਮਾਨਸਿਕ ਹੌਸਲਾ ਵੀ ਦਿੱਤਾ ਤੇ ਮੈਨੂੰ ਇਨਸਾਫ ਵੀ ਲੈ ਕੇ ਦਿੱਤਾ ਮੈਂ ਮੈਂ ਨਾ ਮੇਰੇ ਤੇ ਮਤਲਬ ਮੇਰਾ ਵੀ ਦਿਲ ਕਰਦਾ ਸੀਗਾ ਵੀ ਮੈਂ ਉੱਥੇ ਜਾ ਮਲਾਦਾ ਇਹ ਕਰਦਾ ਰਿਸ਼ਤੇਦਾਰ ਵੀ ਕਹਿੰਦੇ ਸੀ ਪਰ ਇਹਨਾਂ ਨੇ ਮੈਨੂੰ ਕਿਹਾ ਵੀ ਤੂੰ ਆਪਾਂ ਨੇ ਉਹਦਾ ਨਰਾਦਰ ਨਹੀਂ ਕਰਨਾ ਤੁਸੀਂ ਆਰਾਮ ਨਾਲ ਘਰ ਬੈਠੋ ਤੁਹਾਨੂੰ ਇਨਸਾਫ ਮਿਲੇਗਾ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਨਾਂ ਨੇ ਤਾਂ ਸਾਨੂੰ ਮਤਲਬ ਹੁਣ ਗੱਲ ਇਹ ਆ ਵੀ ਸੁਣਨੇ ਨੂੰ ਤਾਂ ਗੱਲ ਬਹੁਤ ਛੋਟੀ ਜੀ ਲੱਗਦੀ ਹੈ ਵੀ ਇੱਕ ਪੋਸਟਮਾਰਟਮ ਦਾ ਹੀ ਆਰਡਰ ਹੋਇਆ ਪਰ ਸਰ ਇਹ ਗੱਲ ਇੱਥੋਂ ਸਟਾਰਟ ਹੁੰਦੀ ਆ ਮੇਰੀ ਪਤਨੀ ਦਾ ਕਤਲ ਇੱਥੋਂ ਸਟਾਰਟ ਹੋਣਾ ਸਰ ਉਹ ਤਾਂ ਕਹਿ ਰਹੇ ਆ ਉਹਨਾਂ ਦਾ ਐਸਆਈ ਕਹਿ ਰਿਹਾ ਬਲਵਿੰਦਰ ਸਿੰਘ ਕੋਰਟ ਦੇ ਵਿੱਚ ਵੀ ਇਹਨੂੰ ਤਾਂ ਕੁਝ ਹੋਇਆ ਹੀ ਨਹੀਂ ਤੁਨੂੰ ਪੋਲੀਟੀਕਲ ਪ੍ਰੈਸ਼ਰ ਲੱਗਦਾ ਉੱਪਰ ਜਾਂ ਕਿਸੇ ਦੀ ਮਦਦ ਲੱਗਦੀ ਹੈ ਸਰ ਹੁਣ ਗੱਲ ਹੈ ਵੀ ਐਮ ਐਲ ਏ ਤੇ 101% ਹੈ ਜੀ ਐਮ ਐਲ ਏ ਕੋਣ ਹੈ ਸਰ ਕਪਾ ਕਾਨੂੰ ਬਾਈ ਨੇਮ ਜਾਣਾ ਜੀ ਐਮ ਐਲ ਏ ਜਿਹੜਾ ਲੋਕਲ ਐਮ ਐਲ ਏ ਹੈ ਜੀ ਤੇ ਫਤਗੜ ਸਾਹਿਬ ਦਾ ਲੋਕਲ ਐਮ ਐਲ ਏ ਤੇ ਉਹ ਤਾਂ 101% ਹੈ ਜੀ ਤੇ ਐਮਐਲਏ ਨੂੰ ਮੈਂ ਤੁਝੇ ਤੁਸੀਂ ਮਤਲਬ ਮੇਰੇ ਕੋਲ ਟਾਪੜ ਟੋੜ ਕੋ ਟਾਈਮ ਨਹੀਂ ਹੋਣਾ ਮੈਂ ਐਮਐਲਏ ਨੂੰ 200 ਵਾਰੀ ਮੈਸੇਜ ਕਰ ਚੁੱਕਿਆ WhatsApp ਤੇ 200 ਵਾਰੀ ਮੇਰੇ ਮੈਸੇਜ ਦੇਖੇ ਆ ਫੋਨ ਤੇ ਗੱਲ ਕਰ ਚੁੱਕਿਆ ਘਰ ਜਾ ਕੇ ਮਿਲ ਚੁੱਕਿਆ ਜੋ ਕੁਝ ਕਰਾ ਰਿਹਾ ਐਮਐਲਏ ਨੰਬਰ 1 ਨੰਬਰ 2 ਤੇ ਬੁੱਗੇ ਦੀ ਆਪਣੀ ਉਹ ਬਹੁਤ ਜਿੱਦਾ ਹੁਣ ਜੇ ਅੱਜ ਤੇ 20 ਸਾਲ ਪਹਿਲਾਂ ਕਿਸੇ ASI ਦੇ ਪ੍ਰੋਗਰਾਮ ਕਰਿਆ ਸੀ ਉਹ ਅੱਜ ਆਈਜੀ ਬਣਿਆ ਹੋਇਆ ਜੀ ਉਹਦੀ ਆਪਣੀ ਵੀ ਪੁਲਿਸ ਪ੍ਰਸ਼ਾਸਨ ਚ ਹੈਗੀ ਆ ਤੇ ਸਰ ਹੁਣ ਮੈਨੂੰ ਪਤਾ ਉਹਦੇ ਹੀ ਹੈਗੀ ਆ ਬਹੁਤ ਵੱਡੇ ਲੈਵਲ ਤੱਕ ਹੈਗੀ ਆ ਜੀ ਉਹਦੀ ਠੀਕ ਨਹੀਂ ਗੱਲ ਸਰ ਪਰ ਗੱਲ ਅਸੀਂ ਤਾਂ ਕੀ ਮੰਗਦੇ ਆ ਜੀ ਉਹਨਾਂ ਨੇ ਉਸਨੂੰ ਧੱਕਾ ਮਾਰਿਆ ਸੀ ਕੀ ਕੀਤਾ ਸੀ ਉਹ ਥੋੜਾ ਜਿਹਾ ਦੱਸੋ ਹਾਂ ਸਰ ਮੈਂ ਤੁਹਾਨੂੰ ਦੱਸਦਾ ਉਹਨੇ ਮੇਰੀ ਚਾਬੀ ਖੋਲੀ ਚਾਬੀ ਦਾ ਵੀ ਆਨ ਰਿਕਾਰਡ ਹੈ ਮੈਂ ਉਹ ਤੋਂ ਚਾਬੀ ਮੰਗਦਾ ਵੀਡੀਓ ਚ ਮੇਰੀ ਪਤਨੀ ਆਉਂਦੀ ਆ ਮੇਰੀ ਪਤਨੀ ਆ ਕੇ ਜਿਹੜਾ ਉਹਦੇ ਕੋਈ ਮਤਲਬ ਕੁੜਮ ਦਾ ਭਾਈ ਆ ਉਹਨੂੰ ਕਹਿੰਦੀ ਵੀ ਤੁਸੀਂ ਉਹਦੇ ਕੁੜਮ ਦੇ ਭਾਈ ਦਾ ਦੋਸਤ ਐ ਐਮ ਐਲ ਏ ਬੁਗੇ ਦਾ ਤਾਂ ਇਹ ਨਹੀਂ ਸੀਗਾ ਤੇ ਉਹੀ ਕਰਾ ਰਿਹਾ ਹੈ ਤੇ ਉਹ ਕਹਿੰਦੀ ਆ ਵੀ ਤੁਸੀਂ ਸਾਡੀ ਕਿਉਂ ਜ਼ਿੰਦਗੀ ਨਰਕ ਬਣਾਈ ਆ ਸਾਨੂੰ ਜੀ ਲੈਣ ਦੇ ਤਿੰਨ ਲਫ਼ਜ਼ ਵਰਦੀ ਆ ਉਹਦੀ ਬਾਹ ਫੜ ਕੇ ਝੰਡੋੜਦਾ ਤੇ ਬੁੱਗੇ ਨੂੰ ਹੋ ਗਿਆ ਮੇਰੇ ਕੁੜਮ ਦੀ ਬੇਇੱਜ਼ਤੀ ਕਰਤੀ ਬੁੱਗਾ ਦੂਰੋਂ ਆਉਂਦਾ 10 ਫੁੱਟ ਤੋਂ ਸਿੱਧਾ ਇੱਥੇ ੱਤਕਾ ਮਾਰਦਾ ਪਿੱਛੇ ਗਰ ਜਾਂਦੀ ਆ ਉਹਦਾ ਸਿਰ ਵੱਜਦਾ ਬੇਹੋਸ਼ ਹੁੰਦੀ ਆ ਬੇਹੋਸ਼ੀ ਮਤਲਬ ਅਧ ਬੇਹੋਸ਼ ਬੇਹੋਸ਼ ਕਹਿ ਲਓ ਅਸੀਂ ਉਹਨੂੰ ਉਹਦੀ ਮਾਂ ਮੇਰਾ ਭਤੀਜਾ ਹੁੰਦਾ ਤਾਇ ਦੇ ਪੁੱਤ ਆ ਅਸੀਂ ਉਹਦੀ ਪੈਰਾਂ ਦੀ ਮਾਲਸ਼ ਕਰਦੇ ਆ ਹੌਸ ਚ ਆ ਜਾਂਦੀ ਆ ਖੜੀ ਹੋ ਜਾਂਦੀ ਆ ਪੁਲਿਸ ਦੀ ਐਂਟਰੀ ਹੁੰਦੀ ਆ ਵਿਦਨ 2-3 ਮਿੰਟ ਚਲੋ ਪੁਲਿਸ ਆਉਂਦੀ ਆ ਮੈਨੂੰ ਐਸਐਚਯੂ ਨੂੰ ਮੈਂ ਕਹਿੰਨਾ ਵੀ ਤੂੰ ਬੁੱਗੇ ਦੀ ਗੱਲ ਸੁਣ ਲਾ ਵੀ ਇਹਦੀ ਤਬੀਤ ਠੀਕ ਨਹੀਂ ਹੈਗੀ ਮੈਂ ਇੱਥੇ ਖੜਦਾ ਮੈਂ ਉਹਦੇ ਕੋਲ ਖੜਾ ਹਾਂ ਉਸ ਤੋਂ ਬਾਅਦ ਜਦ ਮੈਂ ਦੇਖਿਆ ਉਹਦੇ ਫੇਸ ਵੱਲ ਦੇਖਦਾ ਚੱਕਰ ਜਿਹਾ ਆਉਣ ਲੱਗਦਾ ਮੈਨੂੰ ਫੜ ਲੈਣਾ ਫੜ ਕੇ ਮੈਂ ਉਹਨੂੰ ਬਿਠਾ ਲਦਾ ਫਿਰ ਪਾਦਨੇ ਬੈਠੇ ਨਹੀਂ ਜਾਂਦਾ ਮੈਂ ਰੋਲਾ ਪਾਦਨੇ ਜੀ ਮਰ ਗਈ ਮਰ ਗਈ ਚਲੋ ਜੀ ਉਸ ਤੋਂ ਬਾਅਦ ਅਸੀਂ ਉਹਨੂੰ ਚੱਕਦੇ ਹਸਪਤਲ ਲੈ ਜਾਂਦੇ ਹਸਪਤਲ ਲਿਜਾ ਕੇ ਮੈਂ ਡਾਕਟਰ ਨੂੰ ਕਹਿਣਾ ਵੀ ਡਾਕਟਰ ਸਾਹਿਬ ਐਦਾਂ ਐਦਾਂ ਬੁੱਗੇ ਨੇ ੱਤਕਾ ਮਾਰਿਆ ਇਹਨੂੰ ਮੇਰੀ ਵਾਈਫ ਨੂੰ ਆਹ ਗੱਲ ਹੋਈ ਆ ਤਾਂ ਮੈਨੂੰ ਡਾਕਟਰ ਮੈਨੂੰ ਕਹਿ ਰਿਹਾ ਮੈਨੂੰ ਖਜਾਣਾ ਉਹਦੇ ਚ ਕਹਿ ਵੀ ਕਹਿ ਰਿਹਾ ਮੈਂ ਐਮ ਐਲ ਸੀ ਕੱਟਦਾ ਮੈਨੂੰ ਕਹਿੰਦਾ ਖਜਾਣਾ ਕਿਹਦਾ ਫੋਨ ਆਜੇ ਜੀਦਾ ਮਰਜ਼ੀ ਆਜੇ ਉਸ ਸਮੇਂ ਮੇਰੀ ਪਤਨੀ ਕੀ ਕਹਿ ਰਹੀ ਹੈ ਉਹ ਬੁੱਗੇ ਨੇ ਤਾਂ ਉਹਦੀ ਸਟੋਰੀ ਚ ਲਾਤੀ ਵੀ ਉਹਨੂੰ ਦੰਦਲਾ ਪੈਂਦੀ ਹੈ ਮੇਰੀ ਪਤਨੀ ਕੀ ਕਰੀ ਹੈ ਮੇਰੀ ਪਤਨੀ ਕਹਿ ਰਹੀ ਆ ਮੇਰਾ ਸਿਰ ਪਾਟ ਰਿਹਾ ਮੈਨੂੰ ਡਿਸਪਲਿਨ ਦੇ ਦੋ ਹਾਏ ਹਾਏ ਕਰਦੀ ਆ ਠੀਕ ਹੈ ਉਹ ਡਾਕਟਰ ਵੀ ਮੈਂ ਤੁਹਾਨੂੰ ਚਲਾਉਣਾ ਮੈਂ ਉਸ ਤੋਂ ਬਾਅਦ ਬੁੱਗਾ ਐਂਟਰ ਕਰਦਾ ਤੁਹਾਨੂੰ ਘੁੰਮਣ ਸਾਹਿਬ ਨੇ ਦੱਸਤਾ ਮੈਨੂੰ ਗਾਲਾਂ ਕੱਢਦਾ ਪੁਲਿਸ ਨੇ ਜਦੋਂ ਪੁਲਿਸ ਆਈ ਉਹਨਾਂ ਨੇ ਕੋਈ ਸ਼ਿਕਾਇਤ ਨਹੀਂ ਤੁਹਾਡੀ ਲਈ ਹੈ ਕਾਰਵਾਈ ਨਹੀਂ ਕੀਤੀ ਸਰ ਪੁਲਿਸ ਨੇ ਮੇਤੋਂ ਰਿਟਰਨ ਸ਼ਿਕਾਇਤ ਲੈ ਲਈ ਕਾਰਵਾਈ ਪਰਚਾ ਨਹੀਂ ਨੋ ਮੈਨੂੰ ਇੱਕ ਕੋਰਟ ਚ ਕਹਿੰਦੇ ਕਿ ਡੀਡੀਆਰ ਦਿੱਤੀ ਹੈ ਮੰਨ ਜੋ ਕਮਨ ਸਾਹਿਬ ਨੇ ਉਹਨਾਂ ਤੋਂ ਕੱਲ ਡੀਡੀਆਰ ਮੰਗੀ ਐਸਐਚਓ ਤੋਂ ਇਹਨਾਂ ਨੇ ਡੀਡੀਆਰ ਨਹੀਂ ਦਿੱਤੀ ਜੋ ਕਿ ਮੇਰਾ ਕਾਨੂੰਨੀ ਅਧਿਕਾਰ ਹੈ ਤੁਹਾਨੂੰ ਵਕੀਲ ਸਾਹਿਬ ਦੱਸਣਗੇ ਮੈਂ ਤੁਹਾਨੂੰ ਜਸਟਿਕ ਛੋਟੀ ਜਿਹੀ ਨਾ ਪਹਿਲਾਂ ਤਾਂ ਮੈਂ ਤੁਹਾਨੂੰ ਆ ਦਿਖਾਉਣਾ 2 ਵਜੇ ਇੱਕ ਐਸ ਹੀ ਹਰਪਿੰਦਰ ਸਿੰਘ ਜੋ ਮੈਨੂੰ ਸ਼ੁਰੂ ਤੋਂ ਤੰਗ ਕਰਦਾ ਆ ਰਿਹਾ ਬਡਾਲੀ ਆ ਉਹ ਇਸੇ ਹਰਪਿੰਦਰ ਸਿੰਘ ਜਦੋਂ ਬੱਗਾ ਮੇਰਾ ਗਲ ਘੁੱਟਦਾ ਉਸ ਤੋਂ ਬਾਅਦ ਮੈਂ ਨਾ ਖੜਾ ਹੁੰਨਾ ਤਾਂ ਸੜਕ ਤੇ ਪੁਲਿਸ ਖੜੀ ਹੁੰਦੀ ਆ 2:00 ਵਜੇ ਆ ਮੈਨੂੰ ਤਿੰਨ ਮੈਸੇਜ ਕਰਦਾ ਸਰ ਉਹ ਹਰਪਿੰਦਰ ਸਿੰਘ ਆ ਕਿੰਨੇ ਵਜੇ ਕਰਦਾ ਦੇਖੋ ਤਾਂ ਇਹ ਤੇ ਤਿੰਨੇ ਮੈਸੇਜ ਡਿਲੀਟ ਕਰ ਦਿੰਦਾ ਮੈਂ ਜਦੋਂ ਮੇਰਾ ਗਲ ਘੁੱਟਣ ਤੋਂ ਬਾਅਦ ਮੈਂ ਖੜਾ ਹੁੰਨਾ ਮੈਂ ਦੱਸਦਾ ਜੀ ਤਾਂ ਬੱਗਾ ਮੋਟਰ ਤੇ ਚਲੀ ਜਾਂਦਾ ਮੈਂ ਰਸਤੇ ਜਾਉਂਦਾ ਆਉਂਦਾ ਮੈਂ ਆਪਣਾ ਫੋਨ ਦੇਖਿਆ ਵੀ ਵੀਡੀਓ ਬਣ ਗਈ ਜਦੋਂ ਮੈਂ ਆ ਰਿਹਾ ਜਦ ਬੱਗੇ ਦੀ ਮੈਂ ਵੀਡੀਓ ਬਣਾਉਣਾ ਮੇਰੇ ਵੱਲੋਂ ਭੱਜੇ ਆਉਂਦੇ ਦੀ ਤਾਂ ਮੈਂ ਮੈਸੇਜ ਨੋਟੀਫਿਕੇਸ਼ਨ ਦੇਖੀ ਉਹ ਕਹਿੰਦਾ ਬੱਗੇ ਭੇਜਣੇ ਸੀ ਉਹਨੇ ਬੱਗੇ ਨੂੰ ਭੇਜਤੇ ਮੈਨੂੰ ਉਹ ਕਹਿੰਦਾ ਦੇਖਦਾ ਕੀ ਹੁਣ ਕੁਛ ਕਰ ਤਾਂ ਸਹੀ ਇਹਨੂੰ ਮੈਨੂੰ ਜੇ ਤੂੰ ਮਾਰੂਗਾ ਕੁੱਟੂਗਾ ਹੁਣ ਕੀ ਤੈਨੂੰ ਕਰ ਕੁਛ ਮੈਂ ਤਾਂ ਆਉਂਗਾ ਮੈਂ ਸੜਕ ਤੇ ਖੜਾ ਕਰਾਂ ਦੇਖ ਮੇਰੇ ਵੱਲੋਂ ਤੇ ਮੈਸੇਜ ਤੇ ਮੈਸੇਜ ਤਿੰਨ ਮੈਸੇਜ ਇਸ ਤਰ੍ਹਾਂ ਕਰਦਾ ਉਹਨੂੰ ਬਾਕੀ ਮੈਂ ਕੁਮਨ ਸਾਹਿਬ ਨੂੰ ਦੱਸਿਆ ਹੋਇਆ ਉਹਦੇ ਜੋ ਪਾਏ ਹੋਏ ਆ ਸਰਾ ਆ ਫਿਰ ਡਿਲੀਟ ਕਿਉਂ ਕਰਦਾ ਸਭ ਤੋਂ ਹੁੰਦਾ ਨਾ ਹਰ ਗੱਲ ਸਬੂਤ ਹੈ ਜੀ ਪੋਸਟਮਾਰਟਮ ਤੇ ਬਾਅਦ ਹੁਣ ਤੁਸੀਂ ਕੱਲ ਕੀ ਮੰਗ ਕਰਦੇ ਹੋ ਕਾਰਵਾਈ ਕਿਸ ਤਰੀਕੇ ਦੀ ਸਰ ਪੋਸਟਮਾਰਟਮ ਤੋਂ ਬਾਅਦ ਜਿਹੜੀ ਮੈਂ ਆਈ ਵਿਟਨੈਸ ਹਾਂ ਬੁੱਗੇ ਨੇ ਧੱਕਾ ਦਿੱਤਾ ਹੈ ਮੇਰੀ ਪਤਨੀ ਘਟਨਾ ਸਥਾਨ ਤੇ ਉੱਥੇ ਮੌਜੂਦ ਹੈ ਮੇਰੀ ਪਤਨੀ ਦੀ ਇਸ ਕਾਰਨ ਮੌਤ ਹੋਈ ਆ ਦੂਜਾ ਬੁੱਗੇ ਨੇ ਹਸਪਤਾਲ 'ਚ ਜਾ ਕੇ ਉਹਨੂੰ ਫੇਰ ਸ਼ੌਕ ਦਿੱਤਾ ਜਦੋਂ ਮੈਨੂੰ ਗਾਲਾਂ ਕੱਢੀਆਂ ਬੁੱਗੇ ਨੇ ਮੇਰੀ ਪਤਨੀ ਦਾ ਕਤਲ ਕਰਿਆ ਪੋਸਟਮਾਰਟਮ ਤੋਂ ਬਾਅਦ ਫਿਰ ਮਾ ਘੁੰਮਣ ਸਾਹਿਬ ਜੱਜ ਸਾਹਿਬ ਨੇ ਵੀ ਕਿਹਾ ਵੀ ਜੇ ਤੁਹਾਨੂੰ ਉੱਥੇ ਨਹੀਂ ਹੁੰਦਾ ਤੁਸੀਂ ਦੁਬਾਰੇ ਆਜੋ ਹਾਈ ਕੋਰਟ ਅਸੀਂ ਜੇ ਸਾਨੂੰ ਉੱਥੇ ਇਨਸਾਬ ਮਿਲਿਆ ਪਰਚਾ ਦਰਜ ਹੋਇਆ ਠੀਕ ਹੈ ਨਹੀਂ ਘੁੰਮਣ ਸਾਹਿਬ ਬੈਠੇ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀ ਤੁਹਾਨੂੰ ਜਾਂਦੇ ਤੋਂ ਸਰ ਇਹ ਕੋਈ ਜ਼ਰੂਰੀ ਨਹੀਂ ਵੀ ਹਮੇਸ਼ਾ ਸਾਨੂੰ ਕੋਰਟਾਂ ਹੀ ਡਾਇਰੈਕਟ ਕਰਨੀਆਂ ਤੇ ਫੇਰ ਹੀ ਪਰਚੇ ਹੋਣੇ ਨੇ ਸਾਨੂੰ ਕੋਰਟ ਹੀ ਕਹੇਗੀ ਪੋਸਟਮਾਰਟਮ ਤਾਂ ਹੀ ਹੋਣਾ ਇਹ ਤਾਂ ਹੁਣ ਜਿਹਨੂੰ ਕਹਿੰਦੇ ਨਹੀਂ ਵੀ ਉਹ ਜਦੋਂ ਜਦੋਂ ਹੁਣ ਸਿਰੋਂ ਪਾਣੀ ਲੰਘ ਹੀ ਗਿਆ ਤਾਂ ਇਹ ਤਾਂ ਹੁਣ ਤਾਂ ਇੱਥੇ ਆਏ ਆ ਵੱਡਾ ਆਰਡਰ ਹੋਇਆ ਜ਼ਰੂਰ ਮੰਨ ਚੁੱਕ ਹਾਈ ਕੋਰਟ ਨੇ ਤੁਸੀਂ ਅੱਜ ਕਹਿ ਲੋ ਕਿ ਸਾਡੇ ਲਈ ਇੱਕ ਬਹੁਤ ਬਿਗ ਵਿਕਟਰੀ ਹੋਈ ਏ ਬਟ ਇਟਸ ਦੀ ਡਿਊਟੀ ਆਫ ਦੀ ਪੁਲਿਸ ਕਿ ਇਹਦੇ ਵਿੱਚ ਆ ਦੇਖੋ ਜੱਜ ਸਾਹਿਬ ਨੇ ਆਰਡਰ ਦੇ ਵਿੱਚ ਕਰ ਦਿੱਤਾ ਕਿ ਸੈਟ ਪੋਸਟਮਾਰਟਮ ਸ਼ਲ ਬੀ ਵੀਡੀਓਗ੍ਰਾਫਟਡ ਐਂਡ ਆਫਟਰ ਕੰਡਕਟਿੰਗ ਦੀ ਸੇਮ ਦੀ ਰਿਪੋਰਟ ਬੀ ਸਮਿਟਡ ਟੂ ਦੀ ਇਨਵੈਸਟੀਗੇਟਿੰਗ ਏਜੰਸੀ ਵਿਦੀਨ 1 ਵੀਕ ਇਹ ਰਿਪੋਰਟ ਤੋਂ ਬਾਅਦ ਇਮੀਡੀਏਟਲੀ ਪੁਲਸੇ ਦੀ ਸਟੇਟਮੈਂਟ ਲਵ ਤੇ ਪਰਚਾ ਦਰਜ ਕਰ ਦਵੇ ਤੋ ਅਗਲੀ ਲੜਾਈ ਕੀ ਹੋਏਗੀ ਉਹ ਫਿਰ ਦੇਖਾਂਗੇ ਠੀਕ ਮਿੰਟਾ ਚਲਾਓ ਹਾਂਜੀ ਆਹ ਦੇਖੋ ਜਦੋਂ ਉਹ ਚਾਰੇ ਉਹ ਹਾਏ ਹਾਏ ਕਰ ਰਹੀ ਰਹੀ ਵੀਡੀਓ ਦੇ ਵਿੱਚ ਆਹ ਲੇਡੀ ਨੇ ਆਵਾਜ਼ ਚਾਹ ਡਿਸਪ੍ਰਿੰਟ ਮੰਗ ਰਹੀ ਹੈ ਸ਼ੀ ਇਜ਼ ਕਲੀਅਰਲੀ ਸਫਰਿੰਗ ਵਿਦ ਹੈਡੈਕ ਆ ਸੁਣ ਲਓ ਸਰ ਵੀਡੀਓ ਬਣਾਉਣ ਤੋਂ ਪਹਿਲਾਂ ਇਹ ਹੋ ਗਿਆ ਜਲਦੀ ਹੋਸਪੀਟਲ ਦੇ ਵਿੱਚ ਮੈਂ ਬਣਾਉਣਾ ਹੈ ਮਨਸੀ ਤੇ ਮੈਂ ਬਣਾਉਣਾ ਹੈ ਮਨਸੀ ਤੇ ਬਣਾਈ ਹੋਣੀ ਤੁਸੀਂ ਨਾ ਬੈ ਡਾਲਰ ਸੋ ਸੁਣੋ ਸੁਣੋ ਇੱਕ ਮੇਰੀ ਬੇਨਤੀ ਹੈ ਤੁਸੀਂ ਬਹੁਤ ਜ਼ਿਆਦਾ ਉਹ ਕਰਦੇ ਹੋ ਮੈਂ ਜੋ ਮੈਨੂੰ ਦਿਖਦਾ ਹੈ ਮੈਂ ਲਿਖੂਗਾ ਨਾ ਵਧੇ ਨਾ ਘਟੇ ਮੈਂ ਬੋਲ ਦੇਣੀ ਠੀਕ ਹੈ ਪਹਿਲਾਂ ਪਾਸਟ ਤੋਂ ਫੋਨ ਆ ਜਾਏ ਅਧਰੂ ਭਾਈ ਭਗਵੰਤ ਮਾਨ ਦਾ ਫੋਨ ਆ ਠੀਕ ਹੈ ਮੈਂ ਬੋਲ ਦੇਣੀ ਬਸ ਇਹ ਬੇਨਤੀ ਮੈਂ ਮਾਰ ਮਾਰ ਨਹੀਂ ਕਰਦਾ ਇੱਕ ਇੱਕ ਫੈਕਟਰ ਮੈਂ ਕਲੀਅਰ ਕਰ ਦਿੰਦਾ ਜਿਹਦੇ ਚੋ ਸਪੈਸੀਫਿਕਲੀ ਕਹਿ ਰਹੇ ਨੇ ਕਿ ਮੇਰੇ ਪਿਛਲੇ ਪੋਰਸ਼ਨ ਚ ਹੋ ਰਹੀ ਏ ਸਾਡੀ ਜਿਹੜਾ ਪ੍ਰੋਸੀਕਿਊਸ਼ਨ ਜਾਂ ਤੁਸੀਂ ਕਹੋ ਜਿਹੜਾ ਸਾਡਾ ਕੰਪਲੇਨਰ ਦਾ ਵਰਜਨ ਹੋਇਆ ਹੈ ਵੀ ਉਹਨਾਂ ਦੇ ਸਿਰ ਚ ਸੱਟ ਵੱਜਦੀ ਏ ਜਦੋਂ ਪੁਸ਼ ਕਰਦੇ ਨੇ ਸੋ ਮੈਨੂੰ ਇਹ ਲੱਗਦਾ ਵੀ ਇਹ ਬੜਾ ਸਪੋਰਟਿਵ ਐਵੀਡੈਂਸ ਏ ਔਰ ਦੂਜੇ ਬੰਨੇ ਜਿਵੇਂ ਉਹ ਕਹਿ ਰਹੇ ਨੇ ਮੇਰਾ ਸਿਰ ਪਾਟ ਚੱਲਿਆ ਇੱਕ ਤਰੀਕੇ ਨਾਲ ਜੇ ਇਹਨੂੰ ਕੰਸੀਡਰ ਕਰੀਏ ਇਹ ਡਾਇਨ ਡੈਕਲੇਰੇਸ਼ਨ ਇਸ ਸਟੇਟਮੈਂਟ ਪ੍ਰਾਇਰ ਟੂ ਡੈਥ ਆਪਣੀ ਮੌਤ ਤੋਂ ਪਹਿਲਾਂ ਜੇਕਰ ਕੋਈ ਬੰਦਾ ਵਿਅਕਤੀ ਸਟੇਟਮੈਂਟ ਦਿੰਦਾ ਹੈ ਇਸ ਤਰੀਕੇ ਦੀ ਜੋ ਇਹ ਆਗੇ ਨਿਕਲ ਕੇ ਸਾਹਮਣੇ ਤਾਂ ਸੈਕਸ਼ਨ 32 ਇਡੀਨ ਐਵੀਡੈਂਸ ਐਕਟ 1872 ਚ ਇਹ ਬਹੁਤ ਵੱਡਾ ਐਵੀਡੈਂਸ ਹੈ ਸੋ ਮੈਨੂੰ ਇੱਕ ਚੀਜ਼ ਇਟਸ ਰੀਅਲੀ ਵੈਰੀ ਅਨਫੋਰਚੂਨੇਟ ਵਿਥ ਜਿਹੜੀਆਂ ਇਹ ਚੀਜ਼ਾਂ ਨੇ ਇਹ ਐਵੀਡੈਂਸ ਨੇ ਇਹ ਕੋਈ ਐਵੇਂ ਕਹਿ ਮੈਨੀ ਜਿਹੜੀ ਚੀਜ਼ ਉਹਨਾਂ ਨੇ ਦਿਖਾਤੀ ਜਾਂ ਅਸੀਂ ਚਾਰ ਬੰਦਿਆਂ ਨੇ ਸੁਣ ਲਈ ਇਨ ਦੀ ਆਈਜ਼ ਆਫ ਲਾਅ ਇਹਦੀ ਬਹੁਤ ਵੈਲਿਊ ਹੈ ਔਰ ਮੈਨੂੰ ਇਹ ਲੱਗਦਾ ਵੀ ਇਨਵੈਸਟੀਗੇਸ਼ਨ ਏਜੰਸੀ ਨੂੰ ਇਹ ਚੀਜ਼ਾਂ ਲੈ ਕੇ ਇਹਨਾਂ ਨੂੰ ਸਾਰਾ ਰਿਕਾਰਡ ਤੇ ਲਵਾ ਕੇ ਪੁਲਿਸ ਫਾਈਲ ਬਣ ਕੇ ਕਾਨੂੰਨੀ ਕਾਰਵਾਈ ਰੈਲੇਵੈਂਟ ਧਰਾਵਾਂ ਥੱਲੇ ਕਰਨੀ ਪੈਂਦੀ ਸਰ ਇੱਕ ਨਾ ਉਹ ਠੀਕ ਹੈ ਜੀ ਕੁਮਨ ਕੁਮਨ ਬ੍ਰਦਰਸ ਉਹਨੀ ਗੱਲਬਾਤ ਕਰ ਰਹੇ ਸੀ ਸਤਵਿੰਦਰ ਬੁੱਗਾ ਉਹਨਾਂ ਦੇ ਮਾਮਲੇ 'ਚ ਪੋਸਟਮਾਰਟਮ ਕੱਲ ਦਿਨ ਹੋਏਗਾ ਜੇ ਨਹੀਂ ਕੋਈ ਕਾਰਵਾਈ ਕੀਤੀ ਜਾਏਗੀ ਤਾਂ ਅੱਗੇ ਵੀ ਇਸ ਨੂੰ ਲੀਗਲੀ ਵੀ ਦੇਖਣਗੇ ਔਰ ਪੁਲਿਸ ਤੇ ਮੰਗ ਵੀ ਹੈ ਕੋਰਟ ਜ਼ਰੀਏ ਕਿ ਕਾਰਵਾਈ ਸਤਵਿੰਦਰ ਬੁੱਗੇ ਦੇ ਖਿਲਾਫ ਕੀਤੀ ਜਾਏ ਕੈਮਰਾਮੈਨ ਸੁਖਜਿੰਦਰ ਢਾਲੀਆਲ ਨਾਲ ਅਮਨਪਾਰਦੋਜ਼ ਨਿਊਜ਼ 18 ਚੰਡੀਗੜ੍ਹ